ਅੱਜ ਇੱਕ ਹਫ਼ਤੇ ਦੇ ਬਾਅਦ ਫਿਰ ਬ੍ਰੇਨ ਬਰਸਟ ਦੇ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ। ਮੈਂ ਡਾਕਟਰ ਸ਼ਾਰਦਾ ਤੁਹਾਡੇ ਹਰ ਹਫ਼ਤੇ ਦੀ ਤਰ੍ਹਾਂ ਹਾਜ਼ਰ, ਔਰ ਮੇਰੇ ਛੋਟੇ ਭਰਾ ਹਰਜੀਤ ਸਿੰਘ ਗਿੱਲ ਵੀ ਅੱਜ ਉਸੇ ਤਰੀਕੇ ਦੇ ਨਾਲ ਹਮੇਸ਼ਾ ਮੇਰਾ ਸਾਥ ਦੇਣ ਲਈ ਹਾਜ਼ਰ ਨੇ। ਅੱਜ ਸਾਡੇ ਇੱਕ ਬਹੁਤ ਹੀ ਸਪੈਸ਼ਲ ਗੈਸਟ ਨੇ ਜਿਹੜੇ ਕਿ ਪਿਛਲੇ 20 ਸਾਲਾਂ ਤੋਂ ਲਗਾਤਾਰ ਲੱਗੇ ਹੋਏ ਨੇ ਆਪਣੀ ਕਮਿਊਨਿਟੀ ਦੀ ਸੇਵਾ ਕਰਨ। ਵੈਸੇ ਤਾਂ ਹੋ ਸਕਦਾ ਕਿ ਸਾਰੀ ਜ਼ਿੰਦਗੀ ਹੀ ਇਹਨਾਂ ਨੇ ਆਪਣੀ ਕਮਿਊਨਿਟੀ ਨੂੰ ਦੇ ਦਿੱਤੀ ਹੋਏ, ਲੇਕਿਨ ਇੱਕ ਖਾਸ ਪਰਟੀਕੁਲਰ ਪਰਪਸ ਲਈ ਇਹ ਪਿਛਲੇ 20 ਸਾਲ ਤੋਂ ਲਗਾਤਾਰ ਕਮਿਊਨਿਟੀ ਦੀ ਸੇਵਾ ਕਰ ਰਹੇ ਨੇ, ਇੰਗਲੈਂਡ ਦੇ ਵਿੱਚ ਰਹਿ ਕੇ ਔਰ ਸਾਰੀ ਦੁਨੀਆ ਦੇ ਵਿੱਚ ਜਗ੍ਹਾ ਜਗ੍ਹਾ ਦੇ ਉੱਪਰ ਜਾ ਕੇ। ਰੀਸੈਂਟਲੀ ਮੈਂ ਇੱਕ ਰਿਪੋਰਟ ਪੜ੍ਹਿਆ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ 2050 ਦੇ ਵਿੱਚ ਮੁਸਲਿਮ ਕਮਿਊਨਿਟੀ ਜਿਹੜੀ ਹੈ ਉਹ ਵਰਲਡ ਦੇ ਵਿੱਚ ਨੰਬਰ 1 ਬਣ ਜਾਏਗੀ ਔਰ ਉਹਨਾਂ ਦੀ ਜਿਹੜੀ ਪਾਪੂਲੇਸ਼ਨ ਹੈ ਆਟੋਮੈਟਿਕਲੀ ਟੇਕ ਓਵਰ ਕਰ ਲਏਗੀ। ਔਰ ਜਦੋਂ ਪਾਪੂਲੇਸ਼ਨ ਟੇਕ ਓਵਰ ਕਰ ਲੈਂਦੀ ਹੈ ਤਾਂ ਫਿਰ ਇਸ ਤਰ੍ਹਾਂ ਲੱਗਦਾ ਕਿ ਦੁਨੀਆ ਦੇ ਵਿੱਚ ਵੀ ਉਹਨਾਂ ਦਾ ਰਾਜ ਜਿਹੜਾ ਹੋ ਜਾਏਗਾ। ਜਿਹੜੀ ਰਿਪੋਰਟ ਦੀ ਮੈਂ ਗੱਲ ਕਰ ਰਿਹਾ, ਇਹ ਬੜੀ ਇੱਕ ਸੀਕ੍ਰੇਟ ਰਿਪੋਰਟ ਹੈ। ਇਹ ਰਿਪੋਰਟ ਦੇ ਵਿੱਚ ਕ੍ਰਿਸ਼ਚਨ ਜਿਹੜੀ ਕਮਿਊਨਿਟੀ ਹੈ ਉਹ ਬਹੁਤ ਸੀਰੀਅਸਲੀ ਇਹਦੇ ਬਾਰੇ ਕੰਮਕਾਜ ਕਰ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਅਸੀਂ ਇਹਨਾਂ ਦੀ ਜਿਹੜੀ ਵੱਧਦੀ ਹੋਈ ਮੂਵਮੈਂਟ ਹੈ ਇਹਨੂੰ ਰੋਕ ਸਕਦੇ ਹਾਂ। ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਅੱਜ ਮੁਸਲਿਮ ਕਮਿਊਨਿਟੀ ਦੇ ਵਿੱਚ ਜਿਹੜੀ ਪਾਪੂਲੇਸ਼ਨ ਹੈ ਹਰ ਫੈਮਿਲੀ ਦੇ ਵਿੱਚ 4 ਤੋਂ ਲੈ ਕੇ 6, 8, 10 ਤੱਕ ਬੱਚੇ ਹੈਗੇ ਨੇ। ਇੱਕ ਪ੍ਰਿੰਸੀਪਲ ਹੈ ਕਿ ਹਾਂ ਵੀ ਜਿੰਨੀ ਤੁਸੀਂ ਪਾਪੂਲੇਸ਼ਨ ਵਧਾਓਗੇ ਉਸ ਢੰਗ ਦੇ ਨਾਲ ਹਾਂਜੀ ਤੁਸੀਂ ਆਪਣੇ ਆਪ ਨੂੰ ਆਟੋਮੈਟਿਕਲੀ ਦੁਨੀਆ 'ਚ ਰੂਲ ਕਰ ਸਕੋਗੇ। ਕਿਆ ਇਹ ਜਿਹੜੀ ਲੜਾਈ ਹੈ ਇਹ ਸਿਰਫ ਇੱਥੋਂ ਤੱਕ ਹੀ ਰਹਿ ਜਾਏਗੀ? ਕਿਉਂਕਿ ਅਸੀਂ ਦੇਖਿਆ ਕਿ ਵੈਸਟਰਨ ਵਰਲਡ ਦੇ ਵਿੱਚ ਅੱਜ ਕੱਲ੍ਹ ਬੱਚੇ ਪੈਦਾ ਕਰਨ ਦੀ ਜਿਹੜੀ ਰਵਾਇਤ ਹੈ ਉਹ ਘੱਟਦੀ ਜਾ ਰਹੀ ਆ। 1 ਜਾਂ 2 ਮੈਕਸੀਮਮ ਬੱਚੇ ਜਿਹੜੇ ਨੇ ਉਹ ਪੈਦਾ ਕੀਤੇ ਜਾਂਦੇ ਨੇ। ਮੈਨੂੰ ਯਾਦ ਹੈ ਕਿ ਈਵਨ ਸਿੱਖ ਰਿਲੀਜਨ ਦੇ ਵਿੱਚ ਵੀ ਅੱਜ ਤੋਂ 3-4 ਸਾਲ ਪਹਿਲਾਂ ਬਕਾਇਦਾ ਹੁਕਮਨਾਮਾ ਜਾਰੀ ਕੀਤਾ ਗਿਆ ਸੀਗਾ ਤਖ਼ਤ ਸਾਹਿਬ ਤੋਂ ਕਿ ਤੁਸੀਂ ਬੱਚੇ ਜਿਹੜੇ ਨੇ ਜ਼ਿਆਦਾ ਪੈਦਾ ਕਰਨ ਦੀ ਕੋਸ਼ਿਸ਼ ਕਰੋ। ਲੇਕਿਨ ਉਹ ਕੋਈ ਸਲਿਊਸ਼ਨ ਨਹੀਂ ਹੁੰਦਾ। ਸਲਿਊਸ਼ਨ ਕੀ ਹੁੰਦਾ ਕਿ ਕੁਛ ਐਸੇ ਧਰਮ ਹੈਗੇ ਨੇ ਦੁਨੀਆ ਦੇ ਵਿੱਚ ਜਿਹੜੇ ਕੋਸ਼ਿਸ਼ ਇਹ ਕਰਦੇ ਨੇ ਕਿ ਅਸੀਂ ਅੱਗੇ ਵੱਧ ਕੇ ਇਹਨਾਂ ਦੇ ਜਿਹੜੇ ਬੱਚੇ ਹੈਗੇ ਨੇ ਉਹਨਾਂ ਦੇ ਉੱਪਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਸੀਂ ਜਾ ਕੇ ਛਾਪਾ ਮਾਰੀਏ ਜਾਂ ਉਹਨਾਂ ਨੂੰ ਆਪਣੇ ਵੱਲ ਹਾਂਜੀ ਤੋਰੀਏ। ਰੀਸੈਂਟਲੀ ਨਹੀਂ ਬਲਕਿ ਪਿਛਲੇ ਮੈਂ 5-7-8 ਸਾਲ ਤੋਂ ਰਿਪੋਰਟਾਂ ਪੜ੍ਹ ਰਿਹਾ ਕਿ ਕੁਛ ਮੁਸਲਿਮ ਕਮਿਊਨਿਟੀ ਜਿਹੜੇ ਐਕਸਟ੍ਰੀਮ, ਦੇਖੀਏ ਮੁਸਲਿਮ ਕਮਿਊਨਿਟੀ ਐਸ ਸੱਚ ਵੀ ਆਰ ਨੋਟ ਟਾਕਿੰਗ ਅਬਾਊਟ ਦਾ ਹੋਲ ਮੁਸਲਿਮ ਕਮਿਊਨਿਟੀ, ਵੀ ਆਰ ਟਾਕਿੰਗ ਅਬਾਊਟ ਪਰਟੀਕੁਲਰ ਹਾਂਜੀ ਉਹ ਸੈਕਸ਼ਨ ਜਿਹੜਾ ਕਿ ਮਹਿਸੂਸ ਕਰਦਾ ਕਿ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਜਿਹੜੇ ਨੋਨ ਮੁਸਲਿਮਸ ਨੇ ਉਹਨਾਂ ਨੂੰ ਮੁਸਲਿਮ ਕਮਿਊਨਿਟੀ ਦੇ ਵਿੱਚ ਕਨਵਰਟ ਕਰੀਏ। ਇੱਕ ਤਰੀਕਾ ਤਾਂ ਇਹ ਹੈਗਾ ਕਿ ਜਿਹੜਾ ਔਰੰਗਜ਼ੇਬ ਨੇ ਅਪਣਾਇਆ ਸੀਗਾ ਕਿ ਜ਼ਬਰਦਸਤੀ ਹਾਂਜੀ ਲੋਕਾਂ ਨੂੰ ਕਨਵਰਟ ਕੀਤਾ ਜਾਏ ਮੁਸਲਿਮ ਰਿਲੀਜਨ ਦੇ ਵਿੱਚ। ਉਹ ਰੋਜ਼ ਰਾਤ ਨੂੰ ਰੋਟੀ ਨਹੀਂ ਸੀ ਖਾਂਦਾ ਜਦ ਤੱਕ ਉਹ 5 ਰੋਜ਼ ਬੰਦੇ ਕਨਵਰਟ ਨਹੀਂ ਸੀ ਕਰ ਦਿੰਦਾ ਮੁਸਲਿਮ ਰਿਲੀਜਨ ਦੇ ਵਿੱਚ। ਇੱਕ ਤਾਂ ਇਹ ਤਰੀਕਾ ਹੈ। ਦੂਸਰਾ ਤਰੀਕਾ ਇਹ ਹੈ ਕਿ ਤੁਸੀਂ ਜਿਹੜੇ ਨੌਜਵਾਨ ਲੜਕੇ ਲੜਕੀਆਂ ਨੇ ਉਹਨਾਂ ਨੂੰ ਫਸਲਾ ਕੇ ਆਪਣੇ ਵਿੱਚ ਲਿਆਓ। ਇਹ ਸਾਰੀ ਦੁਨੀਆ ਜਾਣਦੀ ਹੈ ਕਿ ਮੁਸਲਿਮ ਰਿਲੀਜਨ ਦੇ ਵਿੱਚ ਅਗਰ ਕੋਈ ਲੜਕਾ ਕਿਸੇ ਮੁਸਲਿਮ ਲੜਕੀ ਨਾਲ ਪਿਆਰ ਕਰਦਾ ਤਾਂ ਅਲਟੀਮੇਟਲੀ ਉਹਨੂੰ ਇਹ ਕੰਡੀਸ਼ਨ ਹੁੰਦੀ ਹੈ ਕਿ ਤੈਨੂੰ ਇਹ ਮੁਸਲਿਮ ਰਿਲੀਜਨ 'ਚ ਕਨਵਰਟ ਕਰਨਾ ਪਏਗਾ ਤਾਂ ਹੀ ਤੂੰ ਸ਼ਾਦੀ ਕਰ ਸਕਦਾ। ਔਰ ਇਹ ਗੱਲ 95% ਤੋਂ 99% ਤੱਕ ਸੱਚ ਹੈ। ਹੋ ਸਕਦਾ ਕਿ 1-2% ਕੋਈ ਐਸੇ ਹੋਣ ਲੜਕੇ ਜਾਂ ਲੜਕੀਆਂ ਜਿਹੜੇ ਇਸ ਪਰਟੀਕੁਲਰ ਅਸੂਲ ਤੋਂ ਬਾਹਰ ਨਿਕਲ ਆਉਣ, ਲੇਕਿਨ ਪਿਛਲੇ ਕਈ ਸਾਲਾਂ ਤੋਂ ਕਈ ਕਮਿਊਨਿਟੀਆਂ ਨੂੰ ਫਿਕਰ ਲੱਗਿਆ ਦਾ ਕਿ ਸਾਡੀਆਂ ਲੜਕੀਆਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਾਂਜੀ ਫਸਲਾ ਕੇ ਆਪਣੀ ਕਮਿਊਨਿਟੀ ਦੇ ਵਿੱਚ ਲੈ ਕੇ ਜਾਇਆ ਜਾਂਦਾ ਔਰ ਉਹਨਾਂ ਨੂੰ ਕਨਵਰਟ ਕੀਤਾ ਜਾਂਦਾ ਔਰ ਫਿਰ ਉਹਦੇ ਬਾਅਦ ਉਹਨਾਂ ਦਾ ਜਿਹੜਾ ਸਲੂਕ ਹੁੰਦਾ ਉਹ ਬਿਲਕੁਲ ਬਦਲ ਜਾਂਦਾ। ਇਹ ਵੈਸਟਰਨ ਵਰਲਡ ਦੇ ਵਿੱਚ ਵੀ ਹਾਂਜੀ ਹੋ ਰਿਹਾ। ਸਰਦਾਰ ਮੋਹਨ ਸਿੰਘ ਅੱਜ ਸਾਡੇ ਬਹੁਤ ਸਪੈਸ਼ਲ ਗੈਸਟ ਹੈਗੇ ਨੇ ਔਰ ਸਿੱਖ ਅਵੇਅਰਨੈਸ ਸੁਸਾਇਟੀ ਇਹਨਾਂ ਨੇ ਸਥਾਪਿਤ ਕੀਤੀ ਸੀ ਅੱਜ ਤੋਂ 20 ਸਾਲ ਪਹਿਲਾਂ UK ਦੇ ਵਿੱਚ, ਲੇਕਿਨ ਅੱਜ ਦੁਨੀਆ ਦੇ ਹਰ ਕਾਰਨਰ ਦੇ ਵਿੱਚ ਜਿੱਥੇ ਵੀ ਪੰਜਾਬੀ ਰਹਿੰਦੇ ਨੇ ਖਾਸ ਕਰਕੇ ਸਿੱਖ ਕਮਿਊਨਿਟੀ ਰਹਿੰਦੇ ਨੇ ਉੱਥੇ ਉਹਨਾਂ ਨੂੰ ਪਤਾ ਕਿ ਸਿੱਖ ਅਵੇਅਰਨੈਸ ਸੁਸਾਇਟੀ ਜਿਹੜੀ ਹੈ ਉਹ UK ਤੋਂ ਬਣੀ ਹੋਈ ਹੈ। ਅਸੀਂ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਪਿਛਲੇ 20 ਸਾਲਾਂ ਦੇ ਵਿੱਚ ਇਹਨਾਂ ਨੇ ਪਰਟੀਕੁਲਰਲੀ
ਉਹ ਕੇਸਿਸ ਜਿਹੜੇ ਨੇ ਸਾਹਮਣੇ ਲੈ ਕੇ ਆਏ ਨੇ ਜਿਹਦੇ ਵਿੱਚ ਜ਼ਬਰਦਸਤੀ ਲੜਕੀਆਂ ਨੂੰ ਹੈਂਜੀ ਫਸਲਾ ਕੇ ਸ਼ਾਦੀਆਂ ਕਰਕੇ ਕਨਵਰਟ ਕੀਤਾ ਗਿਆ ਮੁਸਲਿਮ ਰਿਲੀਜਨ ਦੇ ਵਿੱਚ, ਔਰ ਉਹਦੇ ਬਾਅਦ ਫਿਰ ਉਹਨਾਂ ਨੂੰ ਜਿਹੜੇ ਉਹਨਾਂ ਦੇ ਨਾਲ ਸਲੂਕ ਕੀਤਾ ਗਿਆ ਉਹ ਬਹੁਤ ਹੀ ਇਸ ਤਰ੍ਹਾਂ ਲੱਗਦਾ ਕਿ ਇਨਹਿਊਮਨ ਹੈ। ਸੋ ਅਸੀਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਰਦਾਰ ਮੋਹਨ ਸਿੰਘ ਹਰਾਂ ਦਾ, ਔਰ ਫਿਰ ਉਹਨਾਂ ਨੂੰ ਇੰਟਰੋਡਿਊਸ ਕਰਨਗੇ ਮੇਰੇ ਛੋਟੇ ਭਰਾ ਹਰਜੀਤ ਸਿੰਘ ਗਿੱਲ। ਤੁਹਾਡਾ ਜੀ ਬੜਾ ਬੜਾ ਸਵਾਗਤ ਪ੍ਰੋਗਰਾਮ ਬ੍ਰੇਨ ਬਸਟ ਵਿਦ ਡਾਕਟਰ ਸ਼ਾਰਦਾ ਐਂਡ ਹਰਜੀਤ ਸਿੰਘ ਗਿੱਲ। ਥੈਂਕ ਯੂ ਜੀ, ਸਵਾਗਤ ਹੀ ਕਰਦੇ ਹਾਂ ਜੀ। ਮੇਰੇ ਖਿਆਲ ਇੰਟਰੋਡਕਸ਼ਨ ਤਾਂ ਹੋ ਗਈ, ਆਪਾਂ ਸਿੱਧੇ ਗੱਲਬਾਤ ਵੱਲ ਵਧੀਏ ਤਾਂ ਡਾਕਟਰ ਸਾਹਿਬ ਜ਼ਿਆਦਾ ਵਧੀਆ ਰਹੇਗਾ। ਮੋਹਨ ਸਿੰਘ ਹਰਾਂ ਨੇ ਜਿਸ ਤਰੀਕੇ ਨਾਲ ਇਹ ਮੁੱਦਾ ਉਠਾਇਆ ਹੋਇਆ ਜੀ ਲੰਬੇ ਸਮੇਂ ਤੋਂ, ਮੈਨੂੰ ਲੱਗਦਾ ਹੈ ਕਿ ਤੁਸੀਂ ਭੂਮਿਕਾ ਦੇ ਵਿੱਚ ਕਾਫੀ ਚੀਜ਼ਾਂ ਦੱਸ ਦਿੱਤੀਆਂ ਨੇ ਕਿ ਕਿਸ ਤਰੀਕੇ ਨਾਲ ਤਲਵਾਰ ਦੇ ਜ਼ੋਰ ਨਾਲ ਵੀ ਕਨਵਰਸ਼ਨ ਹੁੰਦੀ ਰਹੀ ਹੈ, ਅਤੇ ਅੱਜ ਦਾ ਯੁੱਗ ਸ਼ਾਇਦ ਤਲਵਾਰ ਦਾ ਯੁੱਗ ਘੱਟ ਹੈ, ਹਾਲਾਂ ਵੀ ਕੋਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਨੇ। ਆਪਾਂ ਇੱਕ ਖਾਸ ਭਾਈਚਾਰੇ ਵੱਲ ਨਾ ਵੀ ਗੱਲ ਕਰੀਏ, ਭਾਰਤ ਵੱਲ ਵੀ ਝਾਤੀ ਮਾਰ ਲਈਏ, ਜਿੱਥੇ ਮਾਰ ਲਈਏ ਉੱਥੇ ਵੀ ਇਹ ਗੱਲਾਂ ਅਕਸਰ ਚੱਲਦੀਆਂ ਨੇ। ਔਰ ਜਿਹੜਾ ਧਰਮ ਪਰਿਵਰਤਨ ਦਾ ਮੁੱਦਾ ਉਹ ਕ੍ਰਿਸਚੈਨਿਟੀ 'ਤੇ ਵੀ ਬਹੁਤ ਸਾਰੀ ਉਂਗਲ ਉਠਾਈ ਜਾਂਦੀ ਆ ਕਿ ਕਿਸ ਤਰੀਕੇ ਨਾਲ ਉਹਨਾਂ ਦਾ ਤਰੀਕਾਕਾਰ ਅਲੱਗ ਹੈ ਕਿ ਉਹ ਗਰੀਬ ਲੋਕਾਂ ਨੂੰ ਫਾਈਨੈਂਸ਼ੀਅਲ ਹੈਲਪ ਦੇ ਕੇ ਆਪਣੇ ਵੱਲ ਲੈ ਕੇ ਆਉਂਦੇ ਨੇ, ਮੁਸਲਿਮ ਭਾਈਚਾਰੇ ਦਾ ਤਰੀਕਾ ਕੁਝ ਹੋਰ ਹੈ। ਇਸ ਤਰ੍ਹਾਂ ਹੀ ਹੋ ਸਕਦਾ ਬਾਕੀ ਧਰਮ ਵੀ ਆਪੋ ਆਪਣੇ ਢੰਗ ਨਾਲ ਪ੍ਰਚਾਰ ਕਰਦੇ ਹੋਣਗੇ, ਸਾਰੇ ਧਰਮ ਆਪੋ ਆਪਣੇ ਵਿੱਚ ਵਾਧਾ ਕਰਨ ਲਈ ਕੁਛ ਨਾ ਕੁਛ ਕਰਦੇ ਹੋਣਗੇ। ਸਿੱਖ ਧਰਮ ਦੇ ਵਿੱਚ ਬੁਨਿਆਦੀ ਤੌਰ 'ਤੇ ਮੈਂ ਸਮਝਦਾ ਹਾਂ ਕਿ ਪ੍ਰਚਾਰ ਅਤੇ ਪ੍ਰਸਾਰ ਦੀ ਬੜੀ ਕਮੀ ਰਹੀ ਹੈ ਲੰਬੇ ਸਮੇਂ ਤੋਂ। ਆਪਾਂ ਦੇਖਦੇ ਹਾਂ ਜਦੋਂ ਤੋਂ ਸਿੱਖ ਧਰਮ ਬਣਿਆ ਗਿਣਤੀ 'ਚ ਬਹੁਤ ਘੱਟ ਨੇ, ਕੰਮ ਬੜੇ ਵੱਡੇ ਕੀਤੇ ਨੇ, ਬੜੇ ਬੜੇ ਮਾਰ ਕੇ ਮਾਰੇ ਨੇ। ਅੱਜ ਵੀ ਦੁਨੀਆ ਦੇ ਵਿੱਚ ਜਿੱਥੇ ਕਿਤੇ ਜਿਸ ਤਰ੍ਹਾਂ ਰੈੱਡ ਕ੍ਰੋਸ ਦੀ ਗੱਲ ਹੈ, ਜਿਹੜੀਆਂ ਇਹ ਐਨ ਜੀ ਓ ਬਣੀਆਂ ਹੋਈਆਂ ਨੇ, ਜਿੱਦਾਂ ਇਹ ਭਾਈ ਸਾਹਿਬ ਮੋਹਨ ਸਿੰਘ ਹਰਾਂ ਦੀ ਔਰਗੇਨਾਈਜੇਸ਼ਨ ਹੈ, ਇਹਨਾਂ ਨੇ ਇੱਕ ਵੱਖਰਾ ਵਿਸ਼ਾ ਚੁਣਿਆ ਹੋਇਆ। ਇਸ ਤਰ੍ਹਾਂ ਹੀ ਖਾਲਸਾ ਏਡ ਦੀ ਗੱਲ ਅੱਜ ਕੱਲ੍ਹ ਅੱਜ ਜਦੋਂ ਅਸੀਂ ਬੈਠੇ ਇੱਥੇ ਗੱਲ ਕਰ ਰਹੇ ਹਾਂ ਤਾਂ ਸਾਰੀ ਦੁਨੀਆ ਭਰ 'ਚ ਚਰਚਾ ਹੈ ਔਰ ਉਹਦੀ ਪ੍ਰਸ਼ੰਸਾ ਹੋ ਰਹੀ ਆ। ਛੋਟੀ ਜਿਹੀ ਕਮਿਊਨਿਟੀ ਨੇ ਪੂਰੇ ਸੰਸਾਰ ਦੇ ਅਮਨ ਵਾਸਤੇ ਬੜਾ ਯੋਗਦਾਨ ਪਾਇਆ, ਹਾਲਾਂਕਿ ਕੁਝ ਕੁ ਲੋਕ ਇਸ ਧਰਮ 'ਚ ਵੀ ਗੁੰਮਰਾਹ ਹੋਏ ਔਰ ਉਹ ਵੀ ਅੱਤਵਾਦ ਦੇ ਰਾਹੀਂ ਕਦੇ ਨਾ ਕਦੇ ਪਏ ਹੋਣਗੇ, ਪਰ ਓਵਰਆਲ ਜਿਹੜਾ ਕੰਮ ਕੀਤਾ ਗਿਆ ਇਸ ਕਮਿਊਨਿਟੀ ਦੇ ਕੁਝ ਇੱਕ ਅਗਾਂਹ ਵਧੂ ਲੋਕਾਂ ਵੱਲੋਂ ਉਹਦੀ ਪ੍ਰਸ਼ੰਸਾ ਦੁਨੀਆ ਕਰ ਰਹੀ ਹੈ। ਆਪਣੇ ਮੂੰਹੋਂ ਕਿਸੇ ਧਰਮ ਦੇ ਵਿਅਕਤੀ ਨੂੰ ਕਰਨਾ ਅਲੱਗ ਲੱਗਦਾ, ਪਰ ਆਪਾਂ ਮੇਰਾ ਖਿਆਲ ਹੈ ਕਿ ਆਪਾਂ ਜਿਹੜੀ ਸਿੱਖ ਅਵੇਅਰਨੈਸ ਸੁਸਾਇਟੀ ਦੀ ਗੱਲਬਾਤ ਹੈ ਭਾਈ ਸਾਹਿਬ ਭਾਈ ਮੋਹਨ ਸਿੰਘ ਰਾਣਾ ਕਰੀਏ, ਇਹ ਸ਼ੁਰੂਆਤ ਤੋਂ ਇੱਕ ਵਾਰੀ ਸਾਡੇ ਜਿਹੜੇ ਦਰਸ਼ਕ ਹੈ ਜੀ ਉਹਨਾਂ ਨੂੰ ਦੱਸ ਦਿਓ ਕਿ ਤੁਸੀਂ ਇਹ ਸੰਸਥਾ ਕਦੋਂ ਬਣਾਈ, ਇਹਦੀ ਲੋੜ ਕਿਉਂ ਮਹਿਸੂਸ ਕੀਤੀ, ਅਤੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਗੱਲਾਂ ਅੱਗੇ ਦੀ ਅੱਗੇ ਕਰਦੇ ਜਾਵਾਂਗੇ ਕਿ ਹੁਣ ਤੱਕ ਤੁਹਾਡੀਆਂ ਕੀ ਅਚੀਵਮੈਂਟ ਹੋਈਆਂ ਅਤੇ ਬਾਹਰਲੇ ਯੂਕੇ ਤੋਂ ਬਾਹਰ ਤੁਸੀਂ ਕਿੱਥੇ ਕਿੱਥੇ ਆਪਣਾ ਫੈਲਾਓ ਕੀਤਾ ਅਤੇ ਕੀ ਤੁਸੀਂ ਦੇਖ ਰਹੇ ਹੋ ਦੁਨੀਆ 'ਤੇ, ਹੋ ਕੀ ਰਿਹਾ ਤੁਹਾਡੀ ਨਜ਼ਰ ਤੋਂ, ਅਸੀਂ ਦੁਨੀਆ ਨੂੰ ਵੇਖਣ ਦੀ ਕੋਸ਼ਿਸ਼ ਕਰਦੇ ਹਾਂ ਜੀ। ਸ਼ੋਰ ਜੀ, ਅਸੀਂ ਆਪਣੇ 1997 ਦੇ ਵਿੱਚ ਇਸ ਔਰਗਨਾਈਜੇਸ਼ਨ ਨੂੰ ਆਰੰਭ ਕੀਤਾ ਸੀਗਾ, ਕਿਉਂਕਿ ਉਸ ਵੇਲੇ ਯੂਕੇ ਦੇ ਵਿੱਚ ਕਾਫੀ ਇੱਕ ਵੱਡੀ ਪ੍ਰੋਬਲਮ ਆਈ ਸੀ ਜਿਹੜੀ ਮੇਰਾ ਖਿਆਲ ਬਾਹਲਾ ਤਾਂ ਨਹੀਂ ਸੀ ਲੋਕਾਂ ਨੂੰ ਪਤਾ, ਪਰ ਉਸ ਵੇਲੇ ਇੱਕਦਮ ਹੀ ਉਹ ਪ੍ਰੋਬਲਮ ਆ ਗਈ ਸੀਗੀ। ਉਸ ਸਮਾਂ ਇੱਦਾਂ ਦਾ ਸੀਗਾ ਕਿ 1999 ਦੇ ਵਿੱਚ ਅਸੀਂ ਵਿਸਾਖੀ 300 ਸਾਲਾਂ ਅਸੀਂ ਉਸ ਸੈਲੀਬ੍ਰੇਸ਼ਨ ਉਸ ਪ੍ਰੈਪਰੇਸ਼ਨ ਦੇ ਵਿੱਚ ਸੀਗੇ, ਅਤੇ ਦਾਸ ਨੂੰ ਜਨਰਲ ਸੈਕਟਰੀ ਸੀਗਾ ਸਿੱਖ ਕਾਉਂਸਲ ਯੂਕੇ ਦਾ, ਅਤੇ ਉਹਦੇ ਵਿੱਚ ਅਸੀਂ ਲੋਕਲ ਟੈਲੀਵਿਜ਼ਨ ਦੇ ਅਤੇ ਨੈਸ਼ਨਲ ਟੀ ਵੀ 'ਤੇ ਜਾਂਦੇ ਸੀ ਟੂ ਪ੍ਰਮੋਟ 300 ਸਾਲਾਂ, ਅਤੇ ਉਹਦੇ ਵਿੱਚ ਇੱਕ ਸਾਨੂੰ ਇੱਕ ਫੋਨ ਆਇਆ ਸੀ ਇੱਕ ਆਪਣੇ ਸਿੱਖ ਲੜਕੇ ਦਾ, ਉਹ ਫੋਨ 'ਤੇ ਬੜਾ ਰੋਵੇ, ਆਪਣੇ ਮੈਨਚੈਸਟਰ ਸ਼ਹਿਰ ਤੋਂ ਫੋਨ ਆਇਆ ਸੀਗਾ, ਉਹਦੀ ਸਿਸਟਰ 18 ਸਾਲਾਂ ਦੀ ਅਤੇ ਉਹਦੇ ਵਾਈਫ 20 ਸਾਲਾਂ ਦੀ, ਦੋਨੋਂ ਹੀ ਆਪਣੇ ਘਰ ਛੱਡ ਕੇ ਅਤੇ ਉਹਨਾਂ ਨੇ ਧਰਮ ਹੋਰ ਅਪਣਾ ਲਿਆ ਸੀਗਾ ਇਸਲਾਮ ਧਰਮ, ਅਤੇ ਉਹ ਸਾਨੂੰ ਬੇਨਤੀ ਕਰਦਾ ਸੀ ਵੀ ਜੇ ਤੁਸੀਂ ਇੱਥੇ ਮੈਨਚੈਸਟਰ ਆਓ ਤਾਂ ਤੁਸੀਂ ਸਾਡੀ ਇਹ ਬੱਚੀਆਂ ਦੇ ਨਾਲ ਤੁਸੀਂ ਗੱਲ ਕਰੋ, ਅਤੇ ਅਸੀਂ ਉੱਥੇ ਇਹ ਗੱਲ ਕਰਨ ਗਏ ਸੀਗੇ ਕਿ ਪੰਦਰਾਂ ਸਾਨੂੰ, ਮੈਂ ਕਿਹਾ ਵੀ 15-20 ਮਿੰਟ ਮਿਲ ਜਾਣ ਸਾਨੂੰ ਗੱਲ ਕਰਨ ਨੂੰ ਤਾਂ ਬਹੁਤ ਗੁੱਡ ਹੋਊਗਾ। ਉਹ ਫਿਰ ਗਾਂ ਇੱਕ ਹੋਰ ਸ਼ਹਿਰ ਆ ਲੀਡਸ ਦੇ ਲਾਗੇ, ਉੱਥੇ ਅਸੀਂ ਗਏ ਸੀਗੇ, ਅਤੇ ਉੱਥੇ ਉਹਨਾਂ ਨੇ ਜਦੋਂ ਅੰਦਰ ਗਏ ਤਾਂ ਕਾਫੀ ਕੰਸਰਨਿੰਗ ਸੀਗਾ, ਕਿਉਂਕਿ ਉਸ ਵੇਲੇ ਉਹ ਇੱਕ ਪ੍ਰਾਈਜ਼ ਗਿਵਿੰਗ ਡੇ ਹੈ ਜਿੱਦਾਂ ਹੁੰਦਾ ਨਾ ਜੀ, ਕਿ ਜਿੰਨੇ ਵੀ ਉਹਨਾਂ ਦੇ ਧਰਮ ਦੇ ਵਿੱਚ ਨਵੇਂ ਬੰਦੇ ਆਏ ਆ ਤਾਂ ਉਹ ਸਾਰਿਆਂ ਨੂੰ ਜਿੱਦਾਂ ਆਪਾਂ ਸਰੋਪੇ ਦਿੰਦੇ ਜਾਂ ਆਪਾਂ ਗੁਰਮਤਿ ਕੈਂਪਾਂ ਵਿੱਚ ਆਪਾਂ ਪ੍ਰਾਈਜ਼ ਦਿੰਦੇ ਹਾਂ, ਉਸ ਵੇਲੇ ਉੱਥੋਂ ਜਿੰਨੇ ਵੀ ਦਿਸਦੇ ਸੀ ਉਹ ਸਾਰੀਆਂ ਆਪਣੀਆਂ ਬੱਚੀਆਂ ਸੀਗੀਆਂ, ਜਿੱਦਾਂ ਕੋਈ 10 ਬੰਦੇ ਗਲਾਸਗੋ ਤੋਂ, 20 ਬੰਦੇ ਲੰਡਨ ਤੋਂ, 15 ਬਰਮਿੰਗਮ ਤੋਂ, ਸਾਰੇ ਉੱਥੇ ਇਕੱਠੇ ਹੋ ਕੇ, ਅਤੇ ਉੱਧਰ ਪ੍ਰਾਈਜ਼ ਗਿਵਿੰਗ ਡੇ ਸੀਗੀ, ਅਤੇ ਉੱਦਣ ਅਸੀਂ ਫਿਰ ਉੱਥੇ ਘੰਟਾ ਡੇਢ ਘੰਟਾ 2 ਘੰਟੇ ਉੱਥੇ ਉਹਨਾਂ ਦੇ ਨਾਲ ਜਿਹੜਾ ਕੀਤੀ ਡਿਸਕਸ ਕੀਤਾ,
ਅਤੇ 13 ਬੱਚੀਆਂ 2 ਹਫ਼ਤਿਆਂ ਵਿੱਚ ਵਾਪਸ ਲਿਆਉਂਦੀਆਂ ਸੀ। ਬਾਕੀ ਦਾ ਤਾਂ ਸਾਨੂੰ ਪਤਾ ਨਹੀਂ ਕੀ ਹੋਇਆ ਕੀ ਨਹੀਂ, ਪਰ ਜਦੋਂ ਫਿਰ ਵਾਪਸ ਆਏ ਮੁੜ ਕੇ ਬਰਮਿੰਘਮ ਦੇ ਵਿੱਚ, ਉਦੋਂ ਫਿਰ ਅਸੀਂ ਇਹ ਦੇਖਿਆ ਕਿ ਕੋਈ ਵੀ ਇੱਦਾਂ ਦੀ ਔਰਗਨਾਈਜੇਸ਼ਨ ਜਿਹੜੀ ਸੀ ਕਮਿਊਨਿਟੀ ਦੇ ਵਿੱਚ, ਸਾਰੀਆਂ ਔਰਗਨਾਈਜੇਸ਼ਨਾਂ ਹਿਊਮਨ ਰਾਈਟਸ 'ਤੇ ਕੰਮ ਕਰ ਰਹੀਆਂ ਸੀਗੀਆਂ, ਜਾਂ 1984 ਦਾ ਮਸਲਾ ਜਿਹੜਾ ਬਹੁਤ ਵੱਡਾ ਗੰਭੀਰ ਸੀ ਉਸ ਟਾਈਮ 'ਤੇ, ਹੋਰ ਮਸਲਿਆਂ 'ਤੇ ਸੀਗੀ। ਸੋ ਅਸੀਂ ਫਿਰ 5 ਸਿੰਘਾਂ ਨੇ ਇਕੱਠੇ ਹੋ ਕੇ ਇਹ ਸਿੱਖ ਅਵੇਅਰਨੈਸ ਸੁਸਾਇਟੀ ਆਰੰਭ ਕੀਤੀ ਸੀ। ਖਾਸ ਮਕਸਦ ਇਹੀ ਸੀਗਾ ਕਿ ਆਪਾਂ ਅਵੇਅਰਨੈਸ ਦਾ ਮਸਲ ਕਿਸੇ ਨੂੰ ਸੁਚੇਤ ਕਰਨਾ, ਜਗਾਉਣਾ, ਅਤੇ ਸਿੱਖ ਕੌਮ ਨੂੰ ਅਸੀਂ ਇਹ ਜਗਾਉਣਾ ਸੀਗਾ, ਸੁਚੇਤ ਕਰਨਾ ਸੀ, ਕਿਉਂਕਿ ਜੇ ਆਪਾਂ ਕਿਸੇ ਪ੍ਰੋਬਲਮ ਨੂੰ ਸੁਚੇਤ ਹੋਵਾਂਗੇ ਤਾਂ ਹੀ ਆਪਾਂ ਇਹ ਪ੍ਰੋਬਲਮ ਟੈਕਲ ਕਰ ਸਕਦੇ। ਜਿਵੇਂ ਮਹਾਰਾਜ ਕਹਿੰਦੇ ਆ, ਜਾਗ ਲਹੋ ਰੇ ਮਨਾ ਜਾਗ ਲਹੋ ਕਾਹਾਂ ਗਾਫਿਲ ਸੋਇਆ, ਵੀ ਸਿੱਖ ਜਾਗ ਵੇਕ ਅਪ ਆਸੇ ਪਾਸੇ ਦੇਖ। ਸਾਡਾ ਮਕਸਦ ਸੀ ਵੀ ਅਸੀਂ ਸਿੱਖ ਕੌਮ ਨੂੰ ਗੁਰਦੁਆਰਿਆਂ ਵਿੱਚ ਜਾ ਕੇ, ਆਪਣੇ ਬੱਚਿਆਂ ਨੂੰ ਯੂਨੀਵਰਸਿਟੀਆਂ ਵਿੱਚ ਜਾ ਕੇ, ਕਾਲਜਾਂ ਵਿੱਚ ਜਾ ਕੇ, ਤਾਂ ਆਪਾਂ ਉਹਨਾਂ ਨੂੰ ਇੱਕ ਵੇਰਵਾ ਪਾਈਏ। ਪਹਿਲੋਂ ਤਾਂ ਜਗਾਉਣ ਵਾਲਾ ਕੰਮ ਸੀਗਾ, ਹੋਕਾ ਦੇਣ ਵਾਲਾ, ਉਹ ਨਾਲ ਨਾਲ ਅਸੀਂ ਫਿਰ ਡਿਮਾਂਡ, ਜਦੋਂ ਤੁਸੀਂ ਬਾਹਰ ਜਾਂਦੇ ਡਿਮਾਂਡ ਤੁਹਾਨੂੰ ਕਾਫੀ ਹੈਲਪ ਦੀ, ਲੋਕ ਹੈਲਪ ਵੀ ਬਹੁਤ ਮੰਗਦੇ ਆ। ਫਿਰ ਇੱਕ ਆਪਣੇ 24 ਘੰਟੇ ਦੀ ਹੈਲਪਲਾਈਨ ਸੈਟਅਪ ਕੀਤੀ ਸੀ, ਉੱਥੇ 3 ਨੰਬਰ ਆ, ਉਹ ਤਿੰਨੇ ਨੰਬਰ 24 ਘੰਟੇ ਚੱਲਦੇ ਆ, ਕਿਸੇ ਨੂੰ ਵੀ ਹੈਲਪ ਚਾਹੀਦੀ ਹੈ। ਸੋ ਉੱਥੋਂ UK ਤੋਂ ਸਟਾਰਟ ਕਰਦੇ ਕਰਦੇ ਮੇਰਾ ਖਿਆਲ ਅਸੀਂ ਖੁਦ ਅਸੀਂ ਆਪ 22 ਸਟੇਟਾਂ US ਦੇ ਜਾ ਕੇ ਪ੍ਰਚਾਰ ਕੀਤਾ। ਇੱਧਰ ਵੈਨਕੂਵਰ ਹੋਇਆ, ਆਪਣੇ ਕੈਲਗਰੀ ਹੋਇਆ, ਇੱਧਰ ਮਾਂਟਰੀਓਲ, ਟੋਰੋਂਟੋ, ਅਤੇ ਯੂਰਪ ਦੇ ਵਿੱਚ ਅਤੇ ਇੰਡੀਆ ਦੇ ਵਿੱਚ ਇੱਕ ਇਹ ਵਿਸ਼ਾ ਅਸੀਂ ਲੈ ਕੇ ਜਾਂਦੇ ਹਾਂ, ਵਿਸ਼ਾ ਆਫ ਐਕਸਪਲੋਇਟੇਸ਼ਨ। ਐਕਸਪਲੋਇਟੇਸ਼ਨ ਦੇ ਕਈ ਫੋਰਮ ਹੋ ਸਕਦੇ ਆ, ਗਰੂਮਿੰਗ ਦਾ ਜਿਹੜਾ ਇਹ ਪ੍ਰੋਸੀਜਰ ਇੱਕੋ ਹੀ ਆ, ਜਿੱਥੇ ਤੁਸੀਂ ਇਸ ਪ੍ਰੋਸੀਜਰ ਨੂੰ ਤੁਸੀਂ ਵਰਤੋਂਗੇ ਅਤੇ ਕਈਆਂ ਨੂੰ ਤੁਸੀਂ ਸੈਕਸ਼ੁਅਲੀ ਐਕਸਪਲੋਇਟ ਕਰ ਸਕਦੇ ਆ, ਕਈਆਂ ਨੂੰ ਤੁਸੀਂ ਕਨਵਰਟ ਕਰ ਸਕਦੇ ਆ, ਕਈਆਂ ਨੂੰ ਕਨਵਰਟ ਕਰਕੇ ਤੁਸੀਂ ਟੈਰਰਿਜ਼ਮ ਦੇ ਵਿੱਚ ਵੀ ਪਾ ਸਕਦੇ ਆ। ਜਿੱਦਾਂ ਸਾਡੀ ਇੱਕ ਬੱਚੀ ਨਾਲ ਹੁਣ ਹੋਇਆ 3 ਹਫ਼ਤੇ ਪਹਿਲਾਂ, ਹਾਂਜੀ ਨਹੀਂ ਉਹ ਜਿਹੜੀ ਬੱਚੀ ਦੀ ਉਹ ਗੱਲ ਸੁਣਾ ਲਓ। ਹਾਂਜੀ ਉਹ ਬੱਚੀ ਇੱਦਾਂ ਹੀ 16 ਸਾਲ ਦੀ ਬੱਚੀ ਸੀਗੀ, ਆਪਣੇ ਘਰ ਸੀ, ਸਿੱਖਾਂ ਦੀ ਬੱਚੀ ਸੀ, ਉਹਨੂੰ ਪਹਿਲਾਂ ਤੋਂ 2-3 ਮਹੀਨਿਆਂ ਵਿੱਚ ਕਨਵਰਟ ਕਰਕੇ ਅਤੇ ਉਹਨੂੰ ਘਰੋਂ ਭਜਾ ਲਿਆ, ਅਤੇ ਮੁੜ ਕੇ ਜਦੋਂ ਫਿਰ ਕਿਉਂਕਿ 16 ਸਾਲ ਦੀ ਹਲੇ ਹੋਈ ਨਹੀਂ ਸੀਗੀ ਅਤੇ ਉੱਥੇ 16 ਸਾਲ ਦਾ ਕਾਨੂੰਨ ਡਿਫਰੈਂਟ ਆ, ਤਾਂ ਉਹ ਫਿਰ ਪੁਲਿਸ ਨੇ ਲੱਭ ਲੁੱਭ ਕੇ ਅਤੇ ਮੁੜ ਕੇ ਜਦੋਂ 3-4 ਵੀ ਇੱਕ ਘਰ ਲਿਆਂਦੀ ਅਤੇ ਉਹਨਾਂ ਨੇ ਫੁੱਲ ਉਸ ਧਰਮ ਦੇ ਵਿੱਚ ਉਹਨੇ ਧਰਮ ਅਪਣਾਇਆ ਹੋਇਆ ਸੀਗਾ, ਇਸਲਾਮ ਧਰਮ। ਅਤੇ ਫਿਰ ਬਾਅਦ ਦੇ ਵਿੱਚ ਉਹ ਬੱਚੀ ਨੇ ਕੋਈ ਇੱਦਾਂ ਦੀ ਪਲੈਨਿੰਗ ਕੀਤੀ ਜਿਹੜਾ ਐਕਟ ਆਫ ਟੈਰਰਿਜ਼ਮ ਕਮਿਟ ਕਰਨਾ ਸੀਗਾ UK ਦੇ ਵਿੱਚ, ਅਤੇ ਉਹ 4 ਕੁ ਮਹੀਨੇ ਹੋਏ ਪਿੱਛੇ ਉਹਨੂੰ ਚੁੱਕ ਲਿਆ ਸੀ ਪੁਲਿਸ ਨੇ, ਅਤੇ ਲੰਡਨ ਜਿਹੜਾ ਮੇਨ ਆਪਣਾ ਜਿਹੜੀ ਆ ਕੋਰਟਸ ਆ ਆਪਣੀ ਓਲਡ ਬੇਲੀ, ਉੱਥੇ ਉਹਦਾ ਮੇਰਾ ਖਿਆਲ ਅਗਲੇ ਮਹੀਨੇ ਨੂੰ ਜਾਂ 1-2 ਮਹੀਨੇ ਵਿੱਚ ਉਹਦਾ ਕੇਸ ਆਉਣਾ, ਐਂਡ ਇਟਸ ਅ ਵੈਰੀ ਸੀਰੀਅਸ ਕੇਸ। ਸੋ ਇਹ ਸੈਕਸ਼ੁਅਲ ਐਕਸਪਲੋਇਟੇਸ਼ਨ ਲਈ ਵੀ ਹੋ ਜਾਂਦਾ, ਗਰੂਮਿੰਗ ਲਈ ਵੀ ਹੋ ਜਾਂਦਾ, ਇੱਧਰ ਟੈਰਰਿਜ਼ਮ ਲਈ ਹੋ ਜਾਂਦਾ। ਦੂਜੇ ਪਾਸੇ ਜਿੱਦਾਂ ਹੁਣ ਆਪਣੇ ਪੰਜਾਬ ਦੇ ਵਿੱਚ ਆ, ਪ੍ਰੋਸੈਸ ਸੇਮ ਹੀ ਆ ਗਰੂਮਿੰਗ ਦਾ, ਅਤੇ ਆਪਣੇ ਵਿੱਚੋਂ ਉਹ ਜਿਹੜੇ ਦੇਹਧਾਰੀ ਗੁਰੂ ਖਿੱਚ ਕੇ ਲੈ ਕੇ ਜਾਂਦੇ ਆ, ਤੁਹਾਨੂੰ ਧਰਮ ਤੋਂ ਤੋੜਦੇ ਆ, ਉਹ ਪ੍ਰੋਸੈਸ ਸੇਮ ਹੀ ਆ। ਸੋ ਇਸੇ ਪ੍ਰੋਸੈਸ ਨੂੰ ਅਸੀਂ ਸਿੱਖ ਸੰਗਤਾਂ ਵਿੱਚ ਅਤੇ ਬਾਹਰਲੇ ਆਪਣੇ ਅਸੀਂ ਸਟਾਰਟ ਕੀਤਾ ਸਿੱਖ ਕੌਮ ਦੇ ਵਿੱਚ ਕੰਮ ਕਰਨ ਨੂੰ, ਪਰ ਅਸੀਂ ਬੁੱਧ ਧਰਮ ਵਾਲਿਆਂ ਨਾਲ ਵੀ ਕੰਮ ਕੀਤਾ, ਜੈਨੀਆਂ ਨਾਲ ਵੀ ਕੀਤਾ। ਪਿਛਲੇ ਸਾਲਾਂ ਦੇ ਵਿੱਚ 2 ਸਾਲਾਂ ਵਿੱਚ ਅਸੀਂ 30 ਮੰਦਰ ਵੀ ਕਰ ਚੁੱਕੇ ਹਾਂ। ਜਿੱਦਾਂ ਤੁਹਾਡੇ ਇੱਥੇ ਟੋਰੋਂਟੋ ਵਿੱਚ ਆ ਸਵਾਮੀ ਨਾਰਾਇਣ ਮੰਦਰ, ਇਹਨਾਂ ਦਾ ਇੱਕ ਬਹੁਤ ਵੱਡਾ ਨੀਜ਼ਡਨ ਆ। ਆਈ ਐਮ ਦੀ ਓਨਲੀ ਸੀਖ ਟੂ ਗੋ ਦੇ ਟੂ ਡੂ ਪ੍ਰਚਾਰ ਔਨ ਦ ਹੋਲ ਗਰੂਮਿੰਗ ਇਸ਼ੂ, ਅਤੇ ਚਰਚਾਂ ਵਿੱਚ ਵੀ ਜਾ ਚੁੱਕੇ ਹਾਂ। ਸੋ ਸਾਡਾ ਧਰਮ ਇੱਥੇ ਸਿਰੂ ਸਿੱਖ ਧਰਮ ਵਿੱਚ ਹੋਇਆ ਸੀ, ਅਤੇ ਹੁਣ ਅਸੀਂ ਐਕਸਪੈਂਡ ਕਰਕੇ ਸਾਰੇ ਧਰਮ। ਭਾਈ ਮੋਹਨ ਸਿੰਘ ਜੀ, ਗੱਲ ਇਹ ਹੈ ਕਿ ਇਹ ਗੱਲ ਤਾਂ ਠੀਕ ਹੈ ਕਿ ਜਿਹੜੇ ਯੰਗਸਟਰਸ ਹੁੰਦੇ ਨੇ ਉਹਨਾਂ ਨੂੰ ਬੜੀ ਜਲਦੀ ਬਰਗਲਾਇਆ ਜਾ ਸਕਦਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਹਾਂਜੀ ਇਸ ਪ੍ਰੋਸੈਸ ਤੇ। ਹਾਂਜੀ ਇਹ ਮੈਂ ਇਹ ਪੁੱਛਣਾ ਚਾਹੁੰਦਾ ਕਿ ਇਹ ਜਿਹੜੀ ਸਿੱਖ ਅਵੇਅਰਨੈਸ ਸੁਸਾਇਟੀ ਆ, ਕਿਆ ਤੁਸੀਂ ਇਹਦੇ ਸੋਸ਼ੋਲੋਜੀਕਲ ਔਰ ਸਾਈਕੋਲੋਜੀਕਲ ਇਫੈਕਟ 'ਤੇ ਕਦੀ ਗਏ ਹੋ? ਮਗਰ ਕਿ ਇਹ ਜਿਹੜੀ ਕਮੀ ਹੁੰਦੀ ਹੈ ਬੱਚਿਆਂ ਦੇ ਵਿੱਚ, ਇਹ ਤੁਹਾਨੂੰ ਕਮੀ ਇਹ ਨਹੀਂ ਲੱਗਦੀ ਕਿ ਜਿਹੜੇ ਸਾਡੇ ਮਾਂ ਬਾਪ ਹੈਗੇ ਨੇ ਇਹਨਾਂ ਬੱਚਿਆਂ ਦੇ, ਉਹ ਬਹੁਤ ਜ਼ਿਆਦਾ ਪੈਸੇ ਦੇ ਮਗਰ ਪਏ ਹੋਏ ਨੇ, ਉਹਨਾਂ ਉਹ ਆਪਣੇ ਬੱਚਿਆਂ ਦੇ ਨਾਲ ਕਮਿਊਨੀਕੇਸ਼ਨ ਬੜਾ ਘੱਟ ਕਰਦੇ ਨੇ, ਉਹ ਆਪਣੇ ਬੱਚਿਆਂ ਦੇ ਨਾਲ ਜਿੰਨਾ ਟਾਈਮ ਉਹਨਾਂ ਨੂੰ ਸਪੈਂਡ ਕਰਨਾ ਚਾਹੀਦਾ ਉਹ ਨਹੀਂ ਕਰਦੇ,
मैं तुम्हें इतों की एग्जैम्पल दिता मैं इंग्लैंड के बच्चे खैर मैं कम से कम 20-25 बारी गया जी 68 तो लैके हूँ तक इंग्लैंड का भी मैं पता लेकिन मैं तुम्हें इतों की सोसायटी के बारे दसना चाहना कि इतने जोड़ा बंदा वो डालर के मगर इन्ना ज़्यादा पै जाता कि वह सत्तों दिन भी काम करने लिए तैयार हैगा फिर इतने 50% जी फैमिलीज है चैक टू चैक लिव कर दया ने ਉਹ ਮਾਂ ਬਾਪ ਦੇ ਕੋਲ ਟਾਈਮ ਹੀ ਨਹੀਂ ਹੁੰਦਾ ਕਿ ਉਹ ਬੱਚਿਆਂ ਦੇ ਨਾਲ ਹੈ ਜੀ ਉਸ ਤਰੀਕੇ ਦੇ ਨਾਲ ਬੈਠ ਕੇ ਕਮਿਊਨੀਕੇਟ ਕਰ ਸਕਣ ਸੋ ਜਿਹੜਾ ਬੇਸਿਕ ਇਹਦੇ ਪਿੱਛੇ ਹੈਗਾ ਇਫੈਕਟ ਸਾਨੂੰ ਜਿਹੜਾ ਬੇਸਿਕ ਇਹਦੇ ਪਿੱਛੇ ਕਮੀ ਹੈ ਜੀ ਅਸੀਂ ਤੁਸੀਂ ਗੁਰਦੁਆਰਿਆਂ 'ਚ ਜਾਂਦੇ ਹੋ ਮੰਦਰਾਂ ਜਾਂਦੇ ਹੋ ਕਿਤੇ ਵੀ ਜਾਂਦੇ ਹੋ ਜਾ ਕੇ ਲੈਕਚਰ ਦੇ ਸਕਦੇ ਹੋ ਪਰ ਜਿਹੜਾ ਇਹਦਾ ਬੇਸਿਕ ਪ੍ਰੋਬਲਮ ਹੈ ਉਹਦੇ ਪਿੱਛੇ ਜਾਣ ਲਈ ਤੁਸੀਂ ਕਿੰਨਾ ਕੁ ਕੰਮ ਕੀਤਾ ਤੁਸੀਂ ਆਪਣੇ ਮਾਂ ਬਾਪ ਜਿਹੜੇ ਪੇਰੈਂਟਸ ਨੇ ਉਹਨਾਂ ਨੂੰ ਕਿੰਨਾ ਕੁ ਤੁਸੀਂ ਦੱਸਿਆ ਕਿ ਹਾਂ ਵੀ ਤੁਸੀਂ ਬੱਚਿਆਂ ਦੇ ਨਾਲ ਕਮਿਊਨੀਕੇਟ ਕਰੋ ਇਹਨਾਂ ਦੇ ਨਾਲ ਟਾਈਮ ਸਪੈਂਡ ਕਰੋ ਕਮ ਸੇ ਕਮ ਜਿਹੜੇ ਗੋਰੇ ਸੀਗੇ ਉਹਨਾਂ ਨੇ ਇੱਕ ਪ੍ਰਿੰਸੀਪਲ ਬਣਾਇਆ ਹੋਇਆ ਸੀਗਾ ਕਿ ਅਸੀਂ 5 ਦਿਨ ਕੰਮ ਕਰਨਾ 2 ਦਿਨ ਅਸੀਂ ਫੈਮਿਲੀ 'ਚ ਰਹਿਣਾ ਇਹ ਇੱਕ ਪ੍ਰਿੰਸੀਪਲ ਸੀ ਔਰ ਇਹ ਸੋਰੀ 60% ਜਿਹੜੀਆਂ ਗੋਰਿਆਂ ਦੀਆਂ ਫੈਮਲੀਆਂ ਸੀ ਉਹ ਸ਼ਾਮ ਨੂੰ ਡਿਨਰ ਹਮੇਸ਼ਾ ਇਕੱਠਾ ਖਾਂਦੀਆਂ ਸੀਗੀਆਂ ਜਿੱਥੇ ਕਿ ਇੱਥੇ ਸਫ਼ਰ ਕਿਹਾ ਜਾਂਦਾ ਹੁੰਦਾ ਸੀ ਹਮੇਸ਼ਾ 5:30-7 ਦੇ ਵਿਚਕਾਰ ਸਫ਼ਰ ਜਿਹੜਾ ਲੈ ਲਿਆ ਜਾਂਦਾ ਸੀਗਾ ਇਹ ਜਿਹੜੀ ਕਮੀ ਹੈ ਇਸ ਕਮੀ ਨੂੰ ਜਦ ਤੱਕ ਤੁਸੀਂ ਦੂਰ ਨਹੀਂ ਕਰੋਗੇ ਤੁਸੀਂ 4-5-10 ਬੱਚਿਆਂ ਨੂੰ ਤਾਂ ਵਾਪਸ ਲਿਆ ਸਕਦੇ ਹੋ ਲੇਕਿਨ ਜਿਹੜੀ ਮੈਜੋਰਿਟੀ ਦੇ ਵਿੱਚ ਅੱਗੇ ਵੱਧ ਰਹੇ ਨੇ ਉਹਨਾਂ ਨੂੰ ਲਿਆਉਣਾ ਬੜਾ ਮੁਸ਼ਕਲ ਹੋ ਜਾਏਗਾ ਟਿਲ ਸਾਰੀ ਕਮਿਊਨਿਟੀ ਜਿਹੜੀ ਹੈਗੀ ਹੈ ਉਹ ਇਨਵੋਲਵ ਨਾ ਕਰੇ ਆਪਣੇ ਆਪ ਨੂੰ ਇਸ ਕੰਮ ਦੇ ਵਿੱਚ ਆਈ ਥਿੰਕ ਦੈਟ ਇਜ਼ ਏ ਪੋਰਸ਼ਨ ਆਫ ਦੀ ਪ੍ਰੋਬਲਮ ਜਿਹੜੀ ਇਹਨੂੰ ਅਸੀਂ ਕਹਿ ਦਿੰਦੇ ਡਿਸਟੈਂਟ ਪੇਰੈਂਟਿੰਗ ਜਿੱਥੇ ਅਸੀਂ ਆਪਣੇ ਈਵਨ ਲਿਵਿੰਗ ਇਨ ਦਾ ਸੇਮ ਹਾਊਸ ਅਸੀਂ ਥੋੜ੍ਹੇ ਡਿਸਟੈਂਟ ਹਾਂ ਇਹ ਇੱਕ ਵਲਨਰੇਬਿਲਿਟੀ ਜਿਹੜਾ ਟਾਰਗੇਟ ਕਰਦਾ ਜਿਹੜਾ ਪ੍ਰੈਡੇਟਰ ਹੁੰਦਾ ਹੈ ਨਾ ਇਹ ਜਦੋਂ ਅਸੀਂ ਫੁੱਲ ਪ੍ਰੋਗਰਾਮ ਦਿੰਦੇ ਹਾਂ ਉਹਦੇ ਵਿੱਚ ਅਸੀਂ ਦੱਸਦੇ ਕਿਹੜੀ ਕਿਹੜੀ ਵੱਖ ਵੱਖ ਵਲਨਰੇਬਿਲਿਟੀਜ਼ ਪ੍ਰੈਡੇਟਰ ਨੇ ਦੇਖਣਾ ਹੁਣ ਜਦੋਂ ਸ਼ੇਰ ਨਹੀਂ ਆ ਉਹ ਸ਼ਿਕਾਰ ਉਹਨੇ ਸ਼ਿਕਾਰ ਕਰਨਾ ਭਾਵਾਂ ਉੱਥੇ 50 ਐਂਟਲੋਪਸ ਆ ਜੰਗਲ ਦੇ ਵਿੱਚ ਉਹਨੇ ਇਹ ਦੇਖਣਾ ਵੀ ਇਹਦੇ ਵਿੱਚ ਹੈਲਦਾ ਕਿਹੜਾ ਸਲੋ ਆ ਕਿਹੜਾ ਥੋੜ੍ਹਾ ਜਿਹਾ ਭਾਰਾ ਆ ਕਿਹੜਾ ਥੋੜ੍ਹਾ ਇੱਦਾਂ ਸੋ ਦੈਟ ਉਹਦੀ ਕੈਚ ਸੌਖੀ ਹੋ ਜਾਵੇ ਈਜ਼ੀ ਟਾਰਗੇਟ ਲੱਭਣਾ ਈਜ਼ੀ ਪ੍ਰੇ ਲੱਭਣਾ ਜਿੱਥੇ ਹੁਣ ਐਂਡ ਆਹ ਜਿਹੜੀ ਵਲਨਰੇਬਿਲਿਟੀ ਤੁਸੀਂ ਇਹ ਕੀਤੀ ਆ ਕਿ ਆਪਾਂ ਬਾਈ ਨੇਚਰ ਜਿਹੜਾ ਹਿਊਮਨ ਬੀਨ ਆ ਉਹ ਸੋਸ਼ਲ ਐਨੀਮਲ ਆ ਜੇ ਆਪਾਂ ਆਪਣੇ ਘਰ ਦੇ ਵਿੱਚ ਨਹੀਂ ਗੱਲ ਕਰਦੇ ਮੈਂ ਆਈ ਗੋ ਔਨ 3 A's ਅਫੈਕਸ਼ਨ ਅਟੈਂਸ਼ਨ ਅਪਰੀਸ਼ੀਏਸ਼ਨ ਜੇ ਆਪਾਂ 3 ਚੀਜ਼ਾਂ ਘਰ ਨਹੀਂ ਮਿਲਦੀਆਂ ਆਪਾਂ ਨੂੰ ਤਾਂ ਆਪਾਂ ਇਹਨਾਂ ਤਿੰਨਾਂ ਨੂੰ ਆਪਾਂ ਬਾਹਰ ਸੀਕ ਕਰਨਾ ਐਂਡ ਯੂ ਡੋਂਟ ਨੋ ਜਿੰਨੇ ਅਫੈਕਸ਼ਨ ਦੇ ਦਿੱਤੀ ਜਿੰਨੇ ਅਟੈਂਸ਼ਨ ਦੇ ਦਿੱਤੀ ਜਿੰਨੇ ਅਪਰੀਸ਼ੀਏਸ਼ਨ ਦੇ ਦਿੱਤੀ ਇਟ ਦਿਸ ਇਜ਼ ਦਾ ਫਸਟ ਸਾਇੰਸ ਆਫ ਗਰੂਮਿੰਗ ਇਹ ਮੈਨੀਪੁਲੇਟ ਕਰਨਾ ਬਾਕੀ ਜਿਸ ਘਰ ਦੇ ਵਿੱਚ ਡੋਮੈਸਟਿਕ ਵਾਇਲੈਂਸ ਹੋ ਰਿਹਾ ਉਹ ਵੀ ਉਹ ਬੱਚਾ ਈਜ਼ੀ ਟਾਰਗੇਟ ਹੁੰਦਾ ਜਿਹੜਾ ਬੱਚਾ ਆਪਣੀ ਲੋਅ ਸੈਲਫ ਅਸਟੀਮ ਆ ਜਿਹੜੀ ਆਪਣੀ ਹਾਂਜੀ ਉਹ ਬੱਚਾ ਵੀ ਈਜ਼ੀ ਟਾਰਗੇਟ ਆ ਜਿਹੜੇ ਬੱਚੇ ਨੂੰ ਬਾਡੀ ਇਮੇਜ ਦੀ ਪ੍ਰੋਬਲਮ ਆ ਉਹ ਬੱਚਾ ਵੀ ਟਾਰਗੇਟ ਹੋਊਗਾ ਜਿਹੜਾ ਬੱਚਾ ਸਕੂਲੇ ਬੁਲਡ ਹੋ ਗਿਆ ਉਹ ਬੱਚਾ ਵੀ ਈਜ਼ੀ ਟਾਰਗੇਟ ਆ ਸੋ ਜਦੋਂ ਆਪਾਂ ਇਹ ਅਸੀਂ ਇਕੱਲੀ ਬੱਚਿਆਂ ਦੀ ਨਹੀਂ ਕਰਦੇ ਹੁੰਦੇ ਕਲਾਸਾਂ ਅਸੀਂ ਪੇਰੈਂਟ ਕੈਂਪ ਵੀ ਲਾਉਂਦੇ ਹਾਂ ਅਤੇ UK ਦੇ ਵਿੱਚ ਅਸੀਂ 10 ਹਫ਼ਤੇ ਦਾ ਕੋਰਸ ਆ ਪੇਰੈਂਟਸ ਲਈ ਜਿਹਦੇ ਵਿੱਚ ਤੁਹਾਨੂੰ A to Z ਦੱਸਿਆ ਜਾਂਦਾ 4 styles ਆਫ ਪੇਰੈਂਟਿੰਗ ਕਿਹੜੀ ਕਿਹੜੀ ਪੇਰੈਂਟਿੰਗ ਵਰਤਣੀ ਚਾਹੀਦੀ ਆ ਜਿੱਦਾਂ ਦਾ ਬੱਚਾ ਮੋਹਰੇ ਉੱਦਾਂ ਦਾ ਹੋਵੇ ਅਤੇ ਬੱਚਿਆਂ ਨੂੰ 4 ਸਾਲ ਤੋਂ ਲੱਗ ਕੇ 7 ਸਾਲ ਤਾਂ 7 ਤੋਂ 10 10 ਤੋਂ 13 13 ਤੋਂ 16 ਅਤੇ ਦੈਨ ਅਬਵ ਯੂਨੀਵਰਸਿਟੀ ਲੈਵਲ ਸਾਰਿਆਂ ਲਈ ਸਪੈਸ਼ਲ ਕੋਰਸ ਬਣਾਏ ਹੋਏ ਆ ਸੋ ਐਜੂਕੇਟ ਕਰਨ ਨੂੰ ਤੁਸੀਂ ਕਿਹਾ ਸੀ 5-6 ਬੱਚੀਆਂ ਲੈ ਆਉਂਦੀਆਂ ਜਾਂ ਗੋਰੇ ਟਾਈਮ ਸਪੈਂਡ ਕਰਦੇ ਸੀ ਮੈਂ ਤੁਹਾਨੂੰ ਇੱਕ ਹੈਰਾਨਗਰੀ ਲਈ ਦੱਸਾਂ ਹੁਣ ਗੋਰਿਆਂ ਦੀ ਗੱਲ ਆ ਜਾਈਏ ਇੱਕ ਟਾਊਨ ਦੇ ਵਿੱਚ ਰੋਦਰਮ ਬਹੁਤ ਛੋਟਾ ਜਿਹਾ ਸ਼ਹਿਰ ਆ ਬਹੁਤ ਛੋਟਾ ਜਿਹਾ ਸ਼ਹਿਰ 1400 ਬੱਚੀ ਦਾ ਉੱਥੇ ਸੈਕਸ਼ੁਅਲ ਐਕਸਪਲੋਇਟੇਸ਼ਨ ਹੋਇਆ 1400 ਹਾਲੇ ਤਾਂ ਇਹ ਪੂਰੀ ਤਰ੍ਹਾਂ ਉਹਨਾਂ ਨੇ ਖੋਜ ਨਹੀਂ ਕੀਤੀ ਉਸ ਟਾਊਨ 'ਤੇ ਜੇ ਆਪਾਂ ਆਕਸਫਰਡ ਸ਼ਹਿਰ ਦੇਖਦੇ ਹਾਂ ਜਿੱਥੇ ਸਾਡੀ ਸਭ ਤੋਂ ਮਸ਼ਹੂਰ ਯੂਨੀਵਰਸਿਟੀ ਆ ਦੁਨੀਆ ਦੀ ਆਕਸਫਰਡ ਇੱਕ ਗ੍ਰੀਨ ਲੀਫ ਏਰੀ ਜਿੱਥੇ ਪੱਕੇ ਗੋਰੇ ਆ ਕਿ ਸਟੈਂਡਰਡ ਵਾਲੇ ਗੋਰੇ ਉੱਥੇ ਵੀ 360 ਬੱਚੀਆਂ ਦੀ ਉੱਥੇ ਹੋਈ ਆ
सो असी सिर्फ से पांच से छे बच्चियां नहीं लियांदियां, बच्चियां तो असी लियांदियां हजारां दे हिसाब नाल, पर वह पहले केस दे च असी 13 बच्चियां लियांदियां सी। ते असी ये कह रहे हैं कि नॉलेज इज़ पावर, जे मापियां नूं दस्या जावे कि वॉनरेबिलिटी तुसी स्पॉट करनी आ, ते जे तुहाडे बच्चे विच लो सैल्फ अस्टीम आ जां ईवन कोई बच्चा नार्सिसिस्ट आ, कोई बच्चा बच्चे विच आह तुहानूं प्रॉब्लमां दसदियां, उस वेले उस प्रॉब्लम नूं तुसी फिल करो रोटी का फिक्र ना हो। बड़ा वड्डा फिक्र है इत्थे जिहड़े जिहड़े मतलब वाइफ हसबैंड काम करदे ने उहनां नूं सत्तो दिन नहीं ते छे दिन ते काम करना ही पैंदा। वेस्ट सारे दी प्रॉब्लम है, वेस्ट सारे दी प्रॉब्लम है जिहड़ा एक्चुअली ही व्हाट ही सेइंग इज राइट, बिकॉज़ हुण जदों असीं देखदे आ स्टैंडर्ड ऑफ लिविंग जी, ते नॉर्वे दे विच स्वीडन दे विच हुण इह आवाज़ उठण लग पई आ, ते मेरा ख्याल शायद कानून भी बन जूगा कि जिहड़ा वर्किंग डे आ उह 6 घंटे का होवे। 6 घंटे का तां आ बिकॉज़ फैमिली नूं टाइम दित्ता। हाँ जी, थीरी आफ्टर थीरी आफ्टर थीरी, रिसर्च आफ्टर रिसर्च आफ्टर रिसर्च इज सेइंग that we must spend more time with our families. There is got to be one family. Hon agge apne dynamics jehde sige oh bahut strong si ki je mom dad hai ni ge te koi na koi dada baba ja dadi hegi a utthe ja koi apna taaya ja apna koi chacha hega ya, you know oh round off apna extended familyan vich rehnde sige oh hon jehda dynamics hai apna pehle peediyan de vichon khatam hoi janda ya. So now नाउ मैं ये कहना कि मापे नहीं बच्चे नू पाल दे, मेरे हिसाब ना तो टेलीविजन बच्चे नू पाल दा। मेरे दिमाग से दो सवाल आ रहे हैं डॉक्टर साहब। सब तो पहला तो मेरे दिमाग च ये आ रहा है कि जिहड़ा ये नोबल काज वड्डा काम में कर रहे आ, जिहड़ा अपनी इन्होंने एन जी ओ जां जिहड़ी ऑर्गेनाइजेशन बनाई उन्हूं एक खास सैक्ट तक लिमिटेड कर लिया ना जोड़ के ही सिख अवेयरनैस, जदों के ये फिनोमना आप एडमिट करते हैं कि बुद्ध बुद्ध धर्म च भी आ, जैन च भी आ, हिंदू च भी आ, क्रिश्चन च भी आ, जे थोड़ा जिहा आपां कम तो भावें उत्थे कर रहे हैं पर जो असी एक लेबल ला के चलते हैं तो थोड़ा जिहा दुनिया अलग नज़र ना सानू देखती है, हौली हौली जाके भावें जिदा हुण रवि सिंह वाली संस्था ने खालसा एड का मैं पहला भी जिक्र किया, दुनिया चोना एक ना बन गया, एक गल बन गई कि ये लोग कल्ले एक सख्त की गल नहीं करते, सब लिए काम करते हैं। हाँ जी, तुसी भी वो कर रहे हो, कर तुसी भी वो ही कुछ रहे हो, पर मैनू कितना ना कितना लगता है कि जे आपां अपने आप नू सिर्फ एक रिलीजन नाल लेबल ना किया हो तो थोड़ा जिहा होर इनू वाइडर एंगल ते करिए ते इनू रैकोगनीशन भी ज़्यादा मिलती ते इनू थोड़ा जिहा शायद तुहानू काम करन लई थोड़ा मोकला माहौल जो मिल जाता। जदों तुसी कोई भी I am from a very orthodox Sikhi base. ਜਦੋਂ ਤੁਸੀਂ ਅਰਦਾਸ ਕਰ ਦਿੱਤੀ ਆ ਨੀਂਹ ਪੱਥਰ ਰੱਖ ਦਿੱਤਾ ਉੱਤੇ ਬਿਲਡ ਕਰਾਂਗੇ, ਉਹ ਨੀਂਹ ਪੱਥਰ ਨੂੰ ਚੇਂਜ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਹੁੰਦੇ। ਸੋ ਹੁਣ ਹੁਣ ਇੱਦਾਂ ਆ ਕਿ ਗੋਰਿਆਂ ਵਿੱਚ ਮੈਂ ਗੱਲ ਕਰ ਰਿਹਾ, ਕੁਐਸਚਨ ਹੈ ਕਿ ਜੇ ਥੋੜਾ ਜਿਹਾ ਵਾਈਡਰ ਐਂਗਲ ਤੇ ਆਪਾਂ ਆਈ ਥਿੰਕ ਇਟਸ ਯੋਰ ਵਰਕ ਦੈਟ ਸ਼ੁਡ ਯੋਰ ਵਰਕ ਸ਼ੁਡ ਬੀ ਸੱਚ ਆਫ ਸੱਚ ਹਾਈ ਕੁਆਲਿਟੀ ਦੈਟ ਜਿਹੜਾ ਬਾਹਰਲਾ ਬੰਦਾ ਕਵੇ ਕਿ ਵੀ ਵਾਂਟ ਯੂ ਹੇਅਰ ਓ ਵੀ ਵਾਂਟ ਟੂ ਹੈਲਪ ਯੂ ਓ ਵੀ ਵਾਂਟ ਟੂ ਬੀ ਅ ਪਾਰਟ ਆਫ ਯੂ। ਹੁਣ ਸਾਨੂੰ ਕੋਈ ਪ੍ਰੋਬਲਮ ਨਹੀਂ ਗੀ, ਮੇਨ ਸਟਰੀਮ ਜਿਹੜਾ ਸਭ ਤੋਂ ਵੱਡਾ ਮੀਡੀਆ ਆ ਆਪਣਾ ਮੀਡੀਆ ਔਰਗਨਾਈਜੇਸ਼ਨ BBC ਆ, ਵੀ ਹੈਵ ਨੋ ਪ੍ਰੋਬਲਮ ਵੈਨ ਇਟ ਕਮਸ ਟੂ ਗਰੂਮਿੰਗ, ਦੇ ਵਿਲ ਕੰਸਲਟੇਟ ਅਸ ਵੀ ਕੀ ਹੋ ਰਿਹਾ ਕੀ ਨਹੀਂ, ਰਿਪੋਰਟਾਂ ਦੇ ਰਹੇ ਹਾਂ, ਵੀ ਹੈਵ ਨੋ ਪ੍ਰੋਬਲਮ ਵੀ ਵਰਕਿੰਗ ਵਿਦ the rest of the nation. Only about 10-12 weeks ago I stood up in front of St. Paul's Cathedral, jehda inna da main utthe da keh lo dharmik sthan hai, ohde mohre assi 13,000 goriyan de mohre assi speech kiti aa. So we get invited to all these programs, the name it's the cause what we are doing, jehda oh jehda aa jehda sikh awareness se nikal janda vich society vi nikal jehda cause ya jis cause layi assi khade aa लाइक माइंडिड बंदे जिहड़े डिफरेंट डिफरेंट कौमां तो वो नाल रलदे हुण असी हुण भी असी मीटिंग करके हटे हाँ विद ऑल डिफरेंट पीपल फ्रॉम डिफरेंट वॉक्स ऑफ लाइफ डिफरेंट रिलीजन्स एंड वे फॉर्मिंग वन बिग ग्रुप। तुसीं अपना भी काम करी जाओ पर जो कलैक्टिवली आपां काम करना उदों इकट्ठे काम कर। डॉक्टर साहब एक क्वेश्चन मैनू पुछ लैण दो, होर मेरे दिमाग च आ रहा बड़े जोर नाल ये गल आ रही है, तुसीं एक सवाल उठाया सोशल इकोनॉमिक ਜਿਹੜੀਆਂ ਪ੍ਰੋਬਲਮ ਨੇ ਆਪਣੇ ਭਾਈਚਾਰੇ ਦੀਆਂ, ਜੇ ਸਾਰੇ ਭਾਈ ਨਹੀਂ, ਹਾਂ ਮੈਂ ਇਹੀ ਕਹਿਣ ਲੱਗਾ ਕਿ
अगर इन्हां कंट्रीज़ दे विच गल तो है नहीं कि एक खास फिरके नूं जां एक मतलब हिंदू नूं जां एक सिख नूं 8 दिन काम कर ली जां 7 दिन काम लई मजबूर किया जाए तो दूजे नूं 5 दिन लई किया जाए इह ते अपनी एक विल भी आ ते की कारण है कि सानू इस गल की चिंता ज़्यादा लगी आ एक क्रिश्चन भाईचारे नालों जां जिहड़ा इत्थे मेन स्ट्रीम भाईचारा उहदे नालों। नहीं मैं इत्थे एक सैकंड मैं इत्थे तुहानूं रोकांगा। इस वक्त जी क्रिश्चियन कम्यूनिटी जी मैं तुम्हें रिपोर्ट दस रहा ना बड़ी सीक्रेट रिपोर्ट वो जी रिपोर्ट है वो क्रिश्चियंस आर मोर वर्ड दैन एनी वन एल्स। रीजन इज़ वेरी सिंपल। इस वक्त जोड़े क्रिश्चियंस ने दे आर नंबर वन इन इन पॉपुलेशन एंड दे आर गोइंग टू बी टेकन ओवर बाई मुस्लिम्स बाई 2050। वो ज़्यादा वर्ड ने और कई लोग तो एक तुम पता ना आम कहावत होंगी सी कि गोरियां का दिमाग हैगा कोई ना कोई लभणगे। अरे भाई लभणगे तो ता जे पापूलेशन वधेगी जे पापूलेशन ही उन्हां दी वध जानी है तो उहदे बाद फिर की रह जांदा उहदे बाद तो यह रह जांदा कि हाँ जी लड़ाई जिहड़ी है वह होएगी। जदों लड़ाई होएगी तो उहदे विच असीं इन्हां नूं खत्म करांगे। ਇਹ ਜਿਹੜਾ ਸਟਰਕਚਰ ਬਣ ਰਿਹਾ ਦੁਨੀਆ ਦੀ ਗੱਲ ਨਾ ਕਰੀਏ ਆਪਾਂ ਪੱਤਰਜੋਗ ਵਾਲੀ ਗੱਲ ਤੇ ਹੈ ਨਹੀਂ 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 ਮੈਂ ਦੁਨੀਆ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਮਾਡਰਨ ਸੋਸਾਇਟੀ ਦੇ ਵਿੱਚ ਕੋਈ ਲੜਾਈ ਬੰਦਿਆਂ ਨਾਲ ਨਹੀਂ 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 ਮਾਡਰਨ ਵਰਲਡ ਦੇ ਵਿੱਚ ਜਦੋਂ ਇਹ ਧਾਰਮਿਕ ਦੇ ਜਿਹੜੇ ਬਹੁਤ ਹੀ ਪੱਕੇ ਹੁੰਦੇ ਨੇ ਉਹਨਾਂ ਲਈ ਮਾਡਰਨ ਔਰ ਨੋ ਮਾਡਰਨ ਹੈਜ਼ ਨੋ ਵੈਲਿਊ ਵਟਸੋ ਐਵਰ ਆਲ ਦੇ ਵਾਂਟ ਐਟ ਦਿਸ ਟਾਈਮ ਕਿਉਂਕਿ ਤੁਸੀਂ ਗੱਲ ਕੀਤੀ ਸੀ ਕਿ ਜਿਹੜੇ ਕ੍ਰਿਸਚਨਸ ਨੇ ਉਹ ਸਿਰਫ ਤੇ ਸਿਰਫ ਗਰੀਬਾਂ ਨੂੰ ਪੈਸਾ ਦੇ ਕੇ ਅੱਗੇ ਕਰਦੇ ਨੇ। ਰੋਂਗ। ਬਿਲਕੁਲ। ਕ੍ਰਿਸਚਨਸ ਨੇ ਅਫਰੀਕਾ ਦੇ ਵਿੱਚ ਇੰਨੇ ਜ਼ਿਆਦਾ ਜ਼ੁਲਮ ਕੀਤੇ ਹੋਏ ਨੇ ਹਾਂਜੀ। ਔਰ ਅਗਰ ਤੁਸੀਂ ਕਿਤੇ ਇਹਨਾਂ ਦੇ ਪੋਪ ਦੀਆਂ ਕਹਾਣੀਆਂ ਪੜ੍ਹੋ ਮੈਂ ਤੁਹਾਨੂੰ ਕਹੋ ਤਾਂ ਭੇਜ ਦਾਂਗਾ। ਉਹ ਇੰਨੇ ਜ਼ੁਲਮ ਇੰਨੇ ਮਤਲਬ ਸਖਤ ਸੀਗੇ ਕਿ ਉਹਨਾਂ ਲਈ ਲਾਈਫ ਦੀ ਕੋਈ ਵੈਲਿਊ ਹੀ ਨਹੀਂ ਸੀਗੀ ਹਾਂਜੀ। ਉਹ ਯੂਰਪ ਦੇ ਵਿੱਚ 1400-1500 ਸੰਤ ਤੱਕ ਕੋਈ ਬਣ ਹੀ ਨਹੀਂ ਸਕਦਾ ਕਿੰਗ ਵਿਦਆਊਟ ਦੀ ਅਪਰੂਵਲ ਆਫ ਦੀ ਹਾਂਜੀ ਪੋਪ। ਸੋ ਇਹ ਕਹਿਣਾ ਕਿ ਨਹੀਂ ਜੀ ਉਹ ਇਸ ਤਰ੍ਹਾਂ ਕਰਦੇ ਨਹੀਂ, ਉਹਨਾਂ ਨੇ ਵੀ ਬਹੁਤ ਜ਼ੁਲਮ ਕੀਤੇ ਨੇ ਖਾਸ ਕਰਕੇ ਅਫਗਾਨ ਇਹਦੇ 'ਚ ਕੀ ਕਹਿੰਦੇ ਨੇ ਤੁਹਾਡੇ ਅਫਰੀਕਾ ਦੇ ਵਿੱਚ ਬੇਇੰਤਹਾ ਜ਼ੁਲਮ ਉਹਨਾਂ ਨੇ ਕੀਤੇ ਨੇ। ਉਹਨਾਂ ਦੀ ਜ਼ਰਾ ਹਿਸਟਰੀ ਪੜ੍ਹੋ ਅੰਦਰ ਜਾ ਕੇ। ਚਲੋ ਭਾਈ ਸਭ ਕੁਝ ਜਾਣਦੇ ਆ ਪਰ ਮੈਨੂੰ ਤਾਂ ਲੱਗ ਰਿਹਾ ਕਹਿ ਰਿਹਾ ਸੀ ਮੈਂ ਤਾਂ ਇੱਕ ਕੁਐਸਚਨ ਕਰ ਰਿਹਾ ਸੀ ਕਿ ਜਿਹੜੀ ਮਾਡਰਨ ਏਜ ਹੈ 1400 ਜਿਹੜੀ ਈਸਵੀ ਆ ਉਹਦੇ ਵਿੱਚ ਇਹ ਸੰਭਵ ਸੀ ਚੀਜ਼ਾਂ, ਅੱਜ ਦੇ ਯੁੱਗ ਵਿੱਚ ਇਹ ਚੀਜ਼ਾਂ ਸੰਭਵ ਨਹੀਂ ਤਾਂ ਹੀ ਸਾਨੂੰ ਇਹ ਚੀਜ਼ਾਂ ਰੜਕਦੀਆਂ ਨੇ, ਦੇਖੋ ਤਾਂ ਹੀ ਸਾਨੂੰ ਬੁਰਾ ਲੱਗ ਰਿਹਾ ਕਿ ਕਿਉਂ ਹੋ ਰਿਹਾ। ਦੋਨੋਂ ਹੀ ਫੇਥ ਜਿਹੜੇ ਆ ਜਿਹੜੇ ਤਿੰਨ ਏਬਰਾਹਮਿਕ ਫੇਥ ਆ ਯਹੂਦੀ ਅਤੇ ਆਪਣੇ ਕ੍ਰਿਸਚਨ ਅਤੇ ਮੁਸਲਮਾਨ ਹੈ ਨਾ, ਅਤੇ ਏਬਰਾਹਮ ਤੋਂ ਏਬਰਾਹਮਿਕ ਤਾਂ ਕਹਿ ਦਿੰਦੇ ਆ ਇੱਧਰੋਂ ਇੱਕ ਪਾਸਿਓ ਏਬਰਾਹਮ ਤੋਂ ਕ੍ਰਿਸਚੀਆਨਿਟੀ ਅਤੇ ਇੱਧਰੋਂ ਇਸਲਾਮ, ਦੋਨੋਂ ਹੀ ਹੈਗੇ ਮਿਸ਼ਨਰੀ ਫੇਥ ਦੋਨੋਂ ਹੀ ਆ। ਜਿੱਦਾਂ ਹੁਣ ਤੁਸੀਂ ਕਹਿੰਦੇ ਆ ਕਿ ਬਾਹਰ ਜਾਂਦੇ ਆ ਮੁਸਲਮਾਨ ਦਾਵਾ ਦਿੰਦੇ, ਹਰ ਮੁਸਲਮਾਨ ਦਾ ਫਰਜ਼ ਬਣਦਾ ਅਕੋਰਡਿੰਗ ਟੂ ਦ ਕੁਰਾਨ ਕਿ ਅਸੀਂ ਨੋਨ ਮੁਸਲਿਮ ਨੂੰ ਦਾਵਾ ਦੇਣਾ ਟੂ ਇਨਵਾਈਟ ਹਿਮ ਇਨ ਟੂ ਆਰ ਫੇਥ ਹੈ ਨਾ। ਸੋ ਇਹ ਆਪਣਾ ਕਰ ਰਹੇ ਆ। Point is not what somebody else is doing, point is what are we doing to protect ourselves. Yeah. Then don't worry about, don't play the game on their level, play the game at your level. Acha Mohan, Bhai Mohan Singh Ji, 3 crore aadmi, assi 3 crore de bare de bada worried ha, te duniya ch 7 billion population ha, 7 billion ch 3 crore te 0.01% vi nahi hunda. So mera matlab hai 3 crore te chalo bacha liya tusi ਹਾਂਜੀ, ਬਾਕੀ ਦਾ ਜਿਹੜਾ 250 ਦੇ ਬਾਅਦ ਜਿਹੜਾ ਚੱਕਰ ਹੋਣਾ ਹੈ ਹਾਂਜੀ ਉਹਦੇ 'ਚ ਕੀ ਹੋਣਾ। ਮੈਂ ਜਿਹੜੀ ਪ੍ਰੋਟੈਕਸ਼ਨ ਹੈ ਉਹ ਵੀ ਸਭ ਤੋਂ ਵੀਕ ਤੇ ਸਭ ਤੋਂ ਛੋਟੇ ਨੂੰ ਚਾਹੀਦੀ ਹੁੰਦੀ ਹੈ ਪ੍ਰੋਟੈਕਸ਼ਨ ਜਿਹੜੀ ਹੈ ਨਾ ਉਹਦੇ। ਆਈ ਥਿੰਕ ਵੀ ਆਰ ਗੋਇੰਗ ਆਫ ਟੌਪਿਕ ਬਿਕੋਜ਼ ਜਿੱਦਾਂ ਦੀ ਮਰਜ਼ੀ ਰਿਪੋਰਟ ਆਵੇ ਦੇਰ ਇਜ਼ ਮੈਨੀ ਵੇਜ਼ ਟੂ ਲੁੱਕ ਐਟ ਦੀਜ਼ ਰਿਪੋਰਟਸ ਐਂਡ I mean, you're talking about 1.6 billion Muslims and you're talking about 2.2 Christians, yeah. 2 billion Christians and Christianity is increasing or decreasing. Eta na jada propaganda war chalda hi aa. Nahi propaganda nahi hai, these are the realities. By 2050 everyone knows they are going to take over. Ke appa nu jehdi seva jadon assi ardaas kiti si assi te ehi ardaas kiti si ke sachche paash agge ke jinne chikkar ਤੁਸੀਂ ਸਵਾਸ ਸਾਨੂੰ ਬਖਸ਼ਿਆ ਕਰਕੇ ਗੱਲ ਤਾਂ ਸਾਰੀ ਸਵਾਸਾਂ ਦੀ ਆ, ਜਿੰਨੇ ਚਿਕਰ ਸਾਡੇ ਵਿੱਚ ਸਵਾਸ ਆ ਕਿ ਸੱਚੇ ਪਾਤਸ਼ਾਹ ਸਿੱਖੀ ਦੇ ਲੇਖੇ ਲੱਗ ਜਾਣ। ਸਿੱਖੀ ਦਾ ਮੇਨ ਮੁੱਦਾ ਕੀ ਆ? ਸਰਬੱਤ ਦਾ ਭਲਾ। ਸੋ ਅਸੀਂ ਜਿੱਥੇ ਵੀ ਸੇ ਜੇ ਅਸੀਂ ਆਪਣੇ ਬੱਚਿਆਂ ਦੀ, ਆਪਾਂ ਹੋਰ ਬੱਚਿਆਂ ਦੀ, ਗੋਰੀਆਂ ਬੱਚਿਆਂ ਵੀ ਬਚਾਈਆਂ, ਹਿੰਦੂ ਧਰਮ ਦੀਆਂ ਬੱਚੀਆਂ ਵੀ ਬਚਾਈਆਂ, ਬੁੱਧ ਧਰਮ ਦੀਆਂ ਬੱਚੀਆਂ ਵੀ ਬਚਾਈਆਂ, ਮੁਸਲਮਾਨਾਂ ਦੀਆਂ ਵੀ ਬੱਚੀਆਂ। ਮੈਂ ਇੱਕ ਤੁਹਾਡੇ ਕੋਲ ਕੁਐਸਚਨ ਪੁੱਛਣਾ ਹੈ
सिख धर्म की आइडियालॉजी इन्नी स्ट्रोंग है अपने आप च, आपां मानदे हां कि एक मॉडर्न धर्म है और साइंटिफिक वे नाल भी आपां प्रूव करन दी कोशिश करदे हां जां करदे हां कि सिख धर्म जिहड़ियां साडियां दुनियावी लोड़ां ने नाल दी नाल साडियां जिहड़ियां स्पिरिचुअल लोड़ां ने उह सारियां नूं पूरा करदा, यानी कि कंप्लीट धर्म है अपने आप, बैलेंस है, कंप्लीट है। तो फिर की वीकनेस है कि साडियां बच्चियां नूं वीक एक टारगेट समझ के उन्हां दे उत्ते ए अटैक हुंदा है। इस तो पहले इस तो पहले कोई ना कोई किते ना किते कोई कमी साडे विच कोई कमी लग रही है साडे पूरे ओ रिलीजन च जां साडे असी इत्थे लवांगे कि छोटी जी ब्रेक, तुसीं साडे नाल इसे तरीके दे नाल प्रोग्राम नाल जुड़े रहो। बड़ा इंटरेस्टिंग टॉपिक है और लगदा ते है कि एक घंटे की जगह भावें दो घंटे भी प्रोग्राम हो जाए है जी, लेकिन टाइम जड़ा वो हमेशा सब तो वड्डा सरताज हुंदा। सो छोटी जी ब्रेक, हुणे वापस आंदे। इकबाल हलाल फूड्स हलाल ऑल एशियन ग्रोसरी में ओंटारियो का सबसे बड़ा ग्रोसरी स्टोर। हलाल मीट, ताज़ा सब्जियां, फलों और ग्रोसरी की हर जरूरत के लिए इकबाल हलाल फूड्स का नाम याद रखें। 2 थॉर्नक्लिफ पार्क ड्राइव, टोरंटो। Greenish Natural Health offers a balanced formulation fulfilling all of the daily requirements for essential nutrients like vitamins and minerals. Greenish multivitamin and supplements are certified vegetarian, halal, and kosher. Ask for Greenish products at your nearest pharmacy. If you need to protect your family and business with a life and health insurance, save for your retirement and children's education, or need a mortgage advice, we can help. To set up your complimentary meeting, call us at 905-624-0008 or visit arujfinancial.com. Misaga mein aapka taste, taza taste, high vitamin aur dandas par. Hamari specialty paya, haleem, nihari, chikkad chole aur kebab roll ke liye zarur tashreef laaye. ब्रेक तो पहलों गलबात हो रही थी कि वजह कि सिख धर्म जड़ा है, हाँ जी, वो अपने आप दे विच सिर्फ 3 करोड़ दे विच ही है। असी आज जानते हैं कि बाइबल जड़ी है जगह जगह दे उपर अवेलेबल है, हर होटलों के कमर दे विच अवेलेबल है। गीता भी हिंदुओं ने जड़ी है जगह जगह दे रखनी शुरू कर दिती है। कुरान तुसी इंग्लिश की जिहड़ी ज़बान विच आओ तुसी लै सकदे हो, लेकिन सिख कम्यूनिटी ने ग्रंथ साहब नूं सिर्फ ते सिर्फ अपने गुरुद्वारों के जरा है संभाल के रख देता। क्या वो कम्यूनिटी नहीं पसंद करती कि किसी ना किसी तरीके दे नाल गुरु ग्रंथ साहब का भी ऐसा रूप जड़ा है लोगों के सामने आए कि लोग जड़े चाहन उन्हों लैके बाजारों खरीद के पढ़ सकन, लेकिन ये हुंदा नहीं पिया। बल्कि होर ज़्यादा मैं समझदा कि रूढ़ीवादी वल ये कौम जड़ी है जा रही है। एनीवे ਇਹ ਗੱਲ ਜਿਹੜੀ ਸੀਗੀ ਮੈਂ ਆਪਣੀ ਜਿਹੜੀ ਦਿਲ ਦੀ ਸੀ ਤੁਹਾਡੇ ਸਾਹਮਣੇ ਕੀਤੀ, ਹੁਣ ਜਵਾਬ ਜਿਹੜਾ ਤੁਸੀਂ ਦੇਣਾ। ਜੀ ਜੀ, ਮੈਂ ਬ੍ਰੇਕ ਤੋਂ ਪਹਿਲਾਂ ਜਿਹੜਾ ਕੁਐਸਚਨ ਕੀਤਾ ਦੋਨਾਂ ਦੇ ਤੁਸੀਂ ਜਵਾਬ ਦੇ ਦਿਓ ਡਾਕਟਰ ਸਾਹਿਬ। ਆਪਣੇ ਹੁਣ ਇੱਕ ਵੱਖਰਾ ਇੱਕ ਬੜਾ ਵੱਡਾ ਵਿਸ਼ਾ ਉਹ ਵੀ ਹੈ ਜੀ ਡਾਕਟਰ ਸਾਹਿਬ, ਜਿੰਨੇ ਵੀ ਸਕ੍ਰਿਪਚਰ ਹੈਗੇ ਆ ਜਿਹੜੇ ਮੈਂਸ਼ਨ ਕੀਤੇ ਆ ਉਹ ਸਕ੍ਰਿਪਚਰ ਆ, ਸਾਰਿਆਂ ਨੂੰ ਆਪਣੇ ਆਪਣੇ ਸਕ੍ਰਿਪਚਰ, ਹੋਲੀ ਸਕ੍ਰਿਪਚਰ ਕਹਿ ਲਓ ਜੇ ਕੁਝ ਮਰਜ਼ੀ ਕਹਿ ਲਓ, ਬਟ ਜਦੋਂ ਅਸੀਂ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਕਰਦੇ ਉਹ ਸਾਡੇ ਲਈ ਗੁਰੂ ਆ, ਉਹਦੀ ਜਿਹੜੀ ਸਟੇਟਸ ਆ ਸਿੱਖ ਕੌਮ ਦੇ ਵਿੱਚ, ਇਟਸ ਨੋਟ ਜਸਟ ਲਾਈਕ ਅ ਬੁੱਕ ਔਰ ਅ ਸਕ੍ਰਿਪਚਰ ਔਰ ਸਮ, ਇਟ ਇਜ਼ ਫਾਰ ਹਾਇਰ ਐਂਡ ਫਾਰ, ਦਿਸ ਇਜ਼ ਦ ਹਾਈਸਟ ਆਫ ਦ ਹਾਈਸਟ। ਸੋ ਵੀ ਕਾਂਟ ਹੈਵ ਇਟ ਇਨ ਐਵਰੀ ਹੋਟਲ ਔਰ ਡਿਸਰਿਸਪੈਕਟ ਦੇ ਨਾਲ ਜਾਂ ਇੱਦਾਂ। ਸੋ ਇਹ ਇੱਕ ਸਮਝਣ ਦੀ ਗੱਲ ਆ, ਇਹ ਤਾਂ ਦਿਸ ਇਜ਼ ਸੋ ਸਪੈਸ਼ਲ, ਇਟਸ ਗੋਟ ਹੈਵ ਦ ਪ੍ਰੋਪਰ ਮਰਿਆਦਾ ਐਂਡ ਐਵਰੀਥਿੰਗ, ਹੈ ਨਾ। ਦੂਜੀ ਗੱਲ ਇਹ ਆ, ਵੇ ਵੀ ਫੇਲਡ ਐਜ਼ ਅ ਕਮਿਊਨਿਟੀ ਇਜ਼ ਆਈ ਥਿੰਕ ਦੈਟ ਦ ਸਿੱਖ ਧਰਮ ਦੇ ਵਿੱਚ ਦੇਰ ਇਜ਼ ਨੋਟ ਐਨ ਆਈ ਓਟਰ ਆਫ ਅ ਪ੍ਰੋਬਲਮ ਇਨ ਪਿਓਰ ਸਿੱਖੀ, ਰਾਈਟ। ਬਟ ਸਿੱਖ ਖਰਾਬ ਹੋ ਸਕਦਾ, ਸਿੱਖੀ ਨਹੀਂ ਖਰਾਬ ਹੋ ਸਕਦੀ। ਐਂਡ ਦ ਬਿਗੈਸਟ ਪ੍ਰੋਬਲਮ ਦੈਟ ਵੀ ਹੈਵ ਇਨ ਦ ਵੈਸਟਰਨ ਵਰਲਡ ਇਜ਼ ਦੈਟ ਜਿਹੜੇ ਸਾਡੇ ਪ੍ਰਚਾਰਕ ਆਉਂਦੇ ਆ 6,000 ਮੀਲ ਦੂਰੋਂ, 8,000 ਮੀਲ ਦੂਰੋਂ, ਉਹ ਪੰਜਾਬੀ ਵਿੱਚ ਗੱਲ ਕਰ ਦਿੰਦੇ। ਇੱਥੇ ਦੇ ਬੱਚੇ ਜਿਹੜੇ ਆ, ਇੱਥੇ ਦੇ ਜੰਮਪਲ ਬੱਚੇ ਆ, ਉਹਨਾਂ ਦੇ ਕਮਿਊਨੀਕੇਸ਼ਨ ਜਿਹੜਾ ਹੈਗਾ ਆ ਪ੍ਰੋਬਲਮ, ਵੈਸਟਰਨ ਵਰਲਡ ਦੇ ਜ਼ਿਆਦਾ ਆ। ਪਰ ਮੈਂ ਤੁਹਾਨੂੰ ਇਹ ਦੱਸ ਰਿਹਾ ਜਿਹੜੀ ਅੰਡਰਸਟੈਂਡਿੰਗ ਆ, ਹੈ ਨਾ, ਜਿਸ ਘਰ ਦੇ ਵਿੱਚ ਕਮਿਊਨੀਕੇਸ਼ਨ ਦੀ ਪ੍ਰੋਬਲਮ ਪੈ ਜਾਵੇ, ਉਹ ਤੁਸੀਂ ਨੋਟ ਕਰਕੇ ਦੇਖ ਲਿਓ ਕਿ ਉਹ ਘਰ ਖਰਾਬ ਹੋਊਗਾ। ਹੁਣ ਪੰਜਾਬ ਦੇ ਵਿੱਚ ਹਰ ਥਾਂ 'ਤੇ ਨੌਜਵਾਨ ਜਿਹੜੇ ਆ ਹਿੰਦੀ ਪੜ੍ਹਨ ਲੱਗ ਪਏ, ਸਾਡੇ ਲੀਡਰ ਹਿੰਦੀ ਬੋਲਦੇ ਆ। ਕਿਸੇ ਕੌਮ ਨੂੰ ਖਰਾਬ ਕਰਨਾ ਹੋਵੇ ਤਾਂ ਉਹ
ਇਹ 5000 ਸਾਲ ਪੁਰਾਣੀਆਂ ਗੱਲਾਂ ਕਰਦੇ ਸੀ। ਇੱਕ ਰਾਜੇ ਦਾ ਮੈਨੂੰ ਨਾਂ ਨਹੀਂ ਚੇਤਾ ਆਉਂਦਾ, ਅਤੇ ਕਿਸੇ ਨੇ ਪੁੱਛਿਆ ਕਿ ਕਿਸੇ ਕੋ ਰਾਜੇ ਨੇ ਪੁੱਛਿਆ ਮੰਤਰੀ ਨੂੰ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਕੀ ਕਰਨਾ ਚਾਹੀਦਾ, ਅਤੇ ਉਹ ਮੰਤਰੀ ਕਹਿੰਦਾ ਮੈਨੂੰ 2 ਦਿਨ ਦੇ ਹੀ, ਮੈਂ ਵਾਪਸ ਆਉਂਦਾ ਅਤੇ ਮੁੜ ਕੇ ਤੈਨੂੰ ਦੱਸਦਾ। ਉਹ ਜਦੋਂ ਵਾਪਸ ਆਇਆ ਉਹ ਕਹਿੰਦਾ 2 ਚੀਜ਼ਾਂ ਰਾਜਨ, ਇੱਕ ਤਾਂ ਕੌਮ ਦੀ ਬੋਲੀ ਖੋਲ੍ਹੋ ਅਤੇ ਇੱਕ ਕੌਮ ਦੇ ਨੌਜਵਾਨਾਂ 'ਤੇ ਅਟੈਕ ਕਰ ਦਿਉ। ਇਸ ਵੇਲੇ ਸਾਰਾ ਇਹ ਹੋ ਰਿਹਾ ਕਿ ਸਾਡੇ ਬਾਹਰਲੇ ਮੁਲਕਾਂ ਵਿੱਚ ਅਸੀਂ ਪੰਜਾਬੀ ਆਪਣੇ ਇੱਥੇ ਕਿ ਆਪਣੀ ਹਰ ਫੇਲਰ ਨੂੰ ਅਸੀਂ ਕਦੀ ਆਰਐਸਐਸ ਤੇ ਮੜ ਦਿੰਨੇ ਆ ਕਿ ਆਰਐਸਐਸ ਸਾਡੇ ਤੇ ਅਟੈਕ ਕਰ ਰਹੀ ਹੈ, ਕਿਸੇ ਦੀ ਪ੍ਰੋਬਲਮ, ਅੱਜ ਅਸੀਂ ਮੁਸਲਮ ਕਮਿਊਨਿਟੀ ਦੇ ਕਰਾਂਗੇ ਉਹ ਸਾਡੇ ਤੇ ਅਟੈਕ ਕਰ ਰਹੀ ਹੈ, ਅਸੀਂ ਕਿੱਥੇ ਖੜੇ, ਇਹ ਸਾਡੇ 'ਚ ਕਿੱਥੇ ਵੀਕਨੈਸ ਹੈ ਕਿ ਅੱਧਾ ਹੋ ਰਿਹਾ। ਗੱਲ ਸੁਣੋ, ਵੀ ਹੈਵ ਟੂ ਲੁੱਕ ਵਿਦ ਇਨ ਆਰਸੈਲਵਸ, ਓਕੇ, ਇਫ ਦੇਰ ਇਜ਼ ਸਮਬਡੀ ਅਟੈਕਿੰਗ ਅਸ, ਵਾਟ ਆਰ ਵੀ ਡੂਇੰਗ ਟੂ ਡਿਫੈਂਡ ਇਟ, ਰਾਈਟ? ਇਹ ਤਾਂ ਸਾਡਾ ਹੈ, ਅਸੀਂ ਢਾਲ ਬਣ ਕੇ ਖੜੇ ਹੋਣਾ ਕਿ ਜੇ ਸਾਨੂੰ ਕੋਈ ਵੀ ਅਟੈਕ ਕਰਦਾ ਅਸੀਂ ਕਿਵੇਂ ਕਰਨਾ। ਬਟ ਦ ਪੁਆਇੰਟ ਇਜ਼ ਦੈਟ ਆਈ ਫੀਲ ਦੈਟ ਦ ਬਿਗੈਸਟ ਪ੍ਰੋਬਲਮ ਇਜ਼ ਕਿ ਜਿਹੜਾ ਸਾਡਾ ਪ੍ਰਚਾਰ ਆ, ਹੈ ਨਾ, ਇਟ ਨੀਡਸ ਟੂ ਚੇਂਜ, ਇਟ ਨੀਡਸ ਟੂ ਹੈਵ ਅ ਟੂ ਵੇ ਡਾਇਲੋਗ, ਇਟ ਨੀਡਸ ਟੂ ਬੀ ਇਨਵਾਈਟਿੰਗ ਪੀਪਲ ਇਨ ਟੋਕ ਇਨ ਅਬਾਊਟ ਸਿੱਖੀ ਇਨ ਅ ਵੇ ਦੈਟ ਦੇ ਵੁੱਡ ਵਾਂਟ ਟੂ ਟੋਕ ਅਬਾਊਟ। ਹੁਣ ਜੇ ਮੈਂ ਇੱਥੇ ਸਟੇਜ ਤੋਂ ਬੈਠਾ, ਮੈਂ ਪ੍ਰਚਾਰ ਕਰੀ ਜਾਵਾਂ, ਸੁਣੇ ਨਾ ਸੁਣੇ, ਕਿਸੇ ਨੂੰ ਅੰਡਰਸਟੈਂਡ ਹੋਵੇ ਨਾ ਹੋਵੇ, ਖਾਲੀ ਆਇਆ ਖਾਲੀ ਚੱਲ ਗਿਆ, ਉਹਦਾ ਫਾਇਦਾ ਕੀ? ਪਰ ਭਾਈ ਸਾਹਿਬ, ਪਰ ਭਾਈ ਮੋਹਨ ਸਿੰਘ ਜੀ, ਜਿਹੜਾ ਡਾਕਟਰ ਸਾਹਿਬ ਬੜਾ ਇੰਪੋਰਟੈਂਟ, ਤੁਹਾਡਾ ਪੁਆਇੰਟ ਮੈਂ ਕਹਿੰਦਾ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਕਰਨਾ, ਮੈਂ ਇੱਕ ਹੋਰ ਜਿਹੜੇ ਕਥਾ ਵਾਚਕ ਆਉਂਦੇ ਨੇ, ਹਾਂਜੀ, ਮਾਫ ਕਰਨਾ, ਮੈਂ ਵੈਸੇ ਬੇਸਿਕਲੀ ਸ਼ਾਇਦ ਤੁਹਾਨੂੰ ਦੱਸ ਦਵਾਂ, ਹਾਂਜੀ, ਤੁਸੀਂ ਮਾਈਂਡ ਨਾ ਕਰਨਾ, ਮੈਂ ਕਿਸੇ ਧਰਮ 'ਚ ਬਿਲੀਵ ਨਹੀਂ ਕਰਦਾ। ਜਿਹੜੇ ਇੱਥੇ ਕਥਾ ਵਾਚਕ ਆਉਂਦੇ ਨੇ, ਹਾਂਜੀ, ਉਹ ਇਹੋ ਜਿਹੀਆਂ ਮਨ ਘੜੰਤ ਗੱਲਾਂ ਸੁਣਾਉਂਦੇ ਨੇ, ਹਾਂਜੀ, ਔਰ ਇਹੋ ਜਿਹੇ ਮਤਲਬ ਗੱਲਾਂ ਦੱਸਦੇ ਨੇ ਕਿ ਜੀ ਬਾਬਾ ਜੀ ਦਰਿਆ 'ਚ ਗਏ, 3 ਦਿਨ ਦੇ ਬਾਅਦ ਉਹ ਆਏ, ਜਦਕਿ ਬਾਬਾ ਜੀ ਤਾਂ ਇਹਨਾਂ ਗੱਲਾਂ ਦੇ ਬੜੇ ਹੀ ਅਗੇਂਸਟ ਸੀਗੇ। ਇਹ ਜਿਹੜੇ ਕਥਾਵਾਚਕ ਨੇ, ਇਹ ਕਹਾਣੀਆਂ ਬਣਾ ਬਣਾ ਕੇ ਉਸੇ ਢੰਗ ਨਾਲ ਸੁਣਾਉਂਦੇ ਨੇ ਜਿਵੇਂ ਹਿੰਦੂ ਕਮਿਊਨਿਟੀ ਜਿਹੜੀ ਆ ਉਹ ਚਮਤਕਾਰ ਦਿਖਾਉਂਦੀ ਹੈ। ਸੋ ਮੇਰਾ ਮਤਲਬ ਜਿਹੜੇ ਚਮਤਕਾਰ ਆ ਕੇ ਇੱਥੇ ਲੋਕਾਂ ਨੂੰ ਦੱਸਦੇ ਨੇ, ਲੋਕਾਂ ਨੂੰ ਸੁਣਨ 'ਚ ਬੜਾ ਚੰਗਾ ਲੱਗਦਾ ਕਿ ਵਾਹ ਵਾਹ ਕਿਆ ਬਾਤ ਹੈ, ਲੇਕਿਨ ਕਿਆ ਵਾਕਈ ਇਹਦੇ ਉੱਪਰ ਕਿਸੇ ਨੇ ਅੱਜ ਤੱਕ ਲਗਾਮ ਲਗਾਈ ਆ? ਮੈਂ ਤੁਹਾਨੂੰ ਭਾਈ ਸਾਹਿਬ, ਤੁਸੀਂ ਜਦੋਂ ਹੈ ਨਾ, ਕਦੀ ਕਦੀ ਆਪਾਂ ਕੋਈ ਕੁਐਸਚਨ ਪੁੱਛਦੇ ਹਾਂ, ਕਦੀ ਕਦੀ ਆਪਾਂ ਉਹਦਾ ਨਾਲ ਹੀ ਆਨਸਰ ਦੇ ਦਿੰਦੇ ਹਾਂ। ਹੁਣ ਇਹ ਤੁਸੀਂ ਗੁਰੂ ਨਾਨਕ ਦੇਵ ਮਹਾਰਾਜ ਦੀ ਗੱਲ ਕੀਤੀ ਆ ਕਿ ਚੁੱਭੀ ਮਾਰ ਕੇ, ਤਾਂ ਜੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਰਾਗ ਦੇ 'ਚ ਪੜ੍ਹੋ, ਸ੍ਰੀ ਰਾਗ ਜਿਹੜਾ ਪਹਿਲਾ ਰਾਗ ਆ ਉਹਦੇ ਵਿੱਚ ਤੁਹਾਨੂੰ ਉਹ ਸ਼ਬਦ ਦੱਸਦੇ ਆ ਕਿ ਮੈਂ ਢਾਡੀ ਸੀ, ਮੈਂ ਵਿਹਲਾ ਬੈਠਾ ਸੀ, ਮੈਨੂੰ ਆਵਾਜ਼ ਉੱਤੋਂ ਪਈ, ਮੈਂ ਉੱਥੇ ਗਿਆ, ਮੈਂ ਉਹ ਮੈਸੇਜ ਲਿਆਂਦਾ, ਮੂਲ ਮੰਤਰ ਦੇ ਨਾਲ ਸ਼ੁਰੂ ਕੀਤਾ, ਮੁੜ ਕੇ ਮੈਂ ਆਪਣੇ ਉਦਾਸੀਆਂ 'ਤੇ, ਉਹਦੇ ਵਿੱਚ ਸਾਰਾ ਆ। ਇਹ ਕੋਈ ਮਨ ਘੱਟ ਦੀ ਕਹਾਣੀ ਨਹੀਂ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 'ਚ ਲਿਖਿਆ ਆ। ਹੁਣ ਇਹ ਅਫਸੋਸ ਦੀ ਗੱਲ ਆ ਕਿ ਸਾਡੇ ਪ੍ਰਚਾਰਕਾਂ ਨੇ ਇੱਥੇ ਤਾਂ ਗੱਲ ਨਹੀਂ ਲੈ ਕੇ ਗਏ, ਇਹ ਅਫਸੋਸ ਦੀ ਗੱਲ ਆ, ਠੀਕ ਹੈ ਨਾ। ਸੋ ਕਦੀ ਕਦੀ ਆਪਾਂ ਕਿਸੇ ਵੀ ਧਰਮ ਦੇ ਉੱਤੇ ਜਦੋਂ ਆਪਾਂ ਬਲੇਮ ਤਾਂ ਆਪਾਂ ਕਰ ਸਕਦੇ ਹਾਂ, ਪਰ ਮੈਂ ਹਮੇਸ਼ਾ ਕਹਿੰਦਾ ਜਦੋਂ ਆਪਾਂ ਕਿਸੇ ਵਾਲਾ ਇੱਕ ਉਂਗਲੀ ਕਰਦੇ 3 ਆਪਣੇ ਵਾਲ ਵੀ ਹੁੰਦੀ ਆ। ਸਾਡੀ ਕੀ ਘਾਟ ਆ, ਅਸੀਂ ਆਪਣੀ ਘਾਟ ਦੇਖੋ, ਜਿੱਥੇ ਵੀ ਘਾਟ ਹੈਗੀ ਆ ਉਹਨੂੰ ਬਿਲਡਅਪ ਕਰੋ, ਉਹ ਘਾਟ ਨੂੰ ਦੂਰ ਕਰੋ। ਹੁਣ ਸਾਨੂੰ ਇੰਨਾ ਪਤਾ ਕਿ ਅਸੀਂ ਨੌਜਵਾਨਾਂ ਵਿੱਚ ਵੇਚਦੇ ਹਾਂ, ਵਰਲਡ ਵਾਈਡ ਵੇਚਦੇ ਹਾਂ, ਯੂਨੀਵਰਸਿਟੀਆਂ ਵਿੱਚ ਜਾਂਦੇ, ਕਾਲਜਾਂ ਵਿੱਚ ਜਾਂਦੇ ਹਾਂ, ਕਮਿਊਨੀਕੇਸ਼ਨ ਗੈਪ ਇਸ ਦੇ। ਜਦੋਂ ਅਸੀਂ ਇੰਗਲਿਸ਼ 'ਚ ਗੱਲ ਕਰਦੇ ਹਾਂ ਬੱਚੇ ਇੱਕਦਮ ਕਨੈਕਟ ਹੁੰਦੇ ਆ, ਠੀਕ ਹੈ ਨਾ। ਜੇ ਹੁਣ ਤੁਸੀਂ ਸਾਡਾ ਗੁਰੂ ਗ੍ਰੰਥ ਸਾਹਿਬ ਦਾ ਮਾਰ ਦੇਖੋ ਕਿੰਨੀਆਂ ਜ਼ੁਬਾਨਾਂ ਵਿੱਚ ਹੈਗਾ। ਹੁਣ ਭਗਤ ਕਬੀਰ ਕਿੱਥੇ ਸੀਗੇ? ਯੂਪੀ ਦੇ ਵਿੱਚ ਸੀਗੇ ਜੀ, ਉਹ ਯੂਪੀ ਦੀ ਬੋਲੀ ਉੱਥੇ ਆ, ਮਰਾਠੀ ਉਹਦੇ ਵਿੱਚ ਆਉਂਦੀ ਆ, ਸਾਰੀਆਂ ਜ਼ੁਬਾਨਾਂ ਵਿੱਚ ਆਉਂਦੀ ਆ। ਗੱਲ ਹੈ ਜੀ, ਉਹ ਤਾਂ ਆਪਾਂ ਬਹੁਤ ਸ਼ੁਰੂ ਤੋਂ ਕਹਿੰਦੇ ਆ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਸਾਨੂੰ ਡਾਇਲੋਗ ਰਹਿਣਾ, ਸਾਨੂੰ ਹੈ ਨਾ ਡਾਇਲੋਗ ਜਿਹੜੀ ਵੀ ਜ਼ੁਬਾਨ ਦੇ ਵਿੱਚ। ਜੇ ਮੈਂ ਆਪ ਕਹਿੰਦਾ ਹੁੰਦਾ ਕਿ ਜਿਹੜੇ ਸਾਡੇ ਗੁਰਸਿੱਖ ਪ੍ਰਚਾਰਕਾਂ ਆਉਂਦੇ ਇਟਲੀ ਦੇ ਵਿੱਚ, ਉਹ ਉਹਨਾਂ ਨੂੰ ਇਟਾਲੀਅਨ ਜ਼ਰੂਰ ਆਉਣੀ ਚਾਹੀਦੀ ਆ, ਸੋ ਦੈਟ ਆਪਾਂ ਦੋਵੇਂ ਕਮਿਊਨੀਕੇਸ਼ਨ ਕਰ ਸਕਦੇ ਹਾਂ। ਇਹਨਾਂ ਮੁਲਕਾਂ 'ਚ ਆਪਾਂ ਇੰਗਲਿਸ਼ ਦੇ 'ਚ ਪੰਜਾਬੀ ਜ਼ਰੂਰੀ ਆ, ਸੋ ਜਿਹੜਾ ਵੀ ਬੰਦਾ ਆਉਂਦਾ ਉਹ ਸਿੱਖ ਕੇ ਜਾਏ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਔਰ ਸਾਡਾ ਮਕਸਦ ਵੀ ਇੱਥੇ ਆਪਣੀ ਪ੍ਰੋਬਲਮ ਨੂੰ ਡਿਸਕਸ ਕਰਨਾ ਆ, ਨਾ ਕਿ ਕਿਸੇ ਧਰਮ ਨੂੰ ਵੱਡਾ ਛੋਟਾ ਦੱਸਣਾ, ਕੋਈ ਮਤਲਬ ਨਹੀਂ ਹੈ। ਮੈਂ ਤੁਹਾਡੇ ਕੋਲ ਜਿਹੜੀ ਤੁਸੀਂ ਗੱਲ ਕਹੀ, ਡਾਕਟਰ ਸਾਹਿਬ ਨੇ ਇੱਕ ਸਵਾਲ ਕੀਤਾ ਸੀਗਾ ਕਿ ਜਿਸ ਤਰੀਕੇ ਨਾਲ ਦੂਜੇ ਧਰਮਾਂ ਦਾ ਪ੍ਰਚਾਰ ਹੈ, ਆਪਾਂ ਕਹਿ ਦਿੰਦੇ ਹਾਂ ਕਿ ਸਾਡਾ ਗ੍ਰੰਥ ਸਾਹਿਬ ਨੂੰ ਬੁੱਕ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹ ਤੋਂ ਬਹੁਤ ਉੱਪਰ ਆ, ਇਹ ਗੱਲ ਨੂੰ ਮੰਨ ਵੀ ਲਿਆ ਜਾਵੇ, ਉਹਨੂੰ ਉਹਦੇ ਉਹਨੂੰ ਹੋਰ ਤਰੀਕੇ ਨਾਲ, ਉਹਦੀ ਐਲੈਬੋਰੇਟ ਕਰਕੇ, ਉਹਨੂੰ ਸਮਝਾਉਣ ਦੇ ਤਰੀਕੇ ਨਾਲ, ਉਹਦੀ ਵਿਆਖਿਆ ਕਰਕੇ, ਤੇ ਆਪਾਂ ਕਿਤਾਬ ਛਾਪ ਸਕਦੇ ਹਾਂ ਨਾ?
ਦੇਖੋ ਜੀ ਇਦਾਂ ਆਪਾਂ ਉਹਨੂੰ ਪੜ੍ਹਨ ਦੀ ਥਾਂ ਦੇ ਉੱਤੇ ਪੂਜਣ ਯੋਗ ਇੱਕ ਚੀਜ਼ ਬਣਾਤਾ ਹਿੰਦੂ ਧਰਮ ਵਾਂਗੂ, ਜਿੱਦਾਂ ਉਹ ਦੇਵੀਆਂ ਦੇ ਪੱਥਰਾਂ ਨੂੰ ਮੂਰਤੀ ਪੂਜੀ ਜਾਂਦੇ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੂਜੀ ਜ਼ਰੂਰ ਜਾਂਦੇ ਹਾਂ, ਹਾਰ ਪਾਈ ਜਾਂਦੇ, ਅਤਰ ਫਲੇਲਾਂ ਪਾਈ ਜਾਂਦੇ ਹਾਂ, ਗਰਮੀਆਂ 'ਚ ਉੱਤੇ ਰੁਮਾਲੇ ਦੇ ਦਿੰਦੇ ਹਾਂ, ਸਰਦੀਆਂ 'ਚ ਕੰਬਲ 'ਚ ਲਪੇਟ ਦਿੰਦੇ ਹਾਂ, ਏਸੀ ਲਾ ਦਿੰਦੇ ਹਾਂ, ਪਰ ਉਹਦੇ ਵਿੱਚ ਜਿਹੜਾ ਗਿਆਨ ਆ ਉਹਦਾ ਵਿਸਥਾਰ ਅਸੀਂ ਨਹੀਂ ਕਰ ਸਕੇ। ਦੇਖੋ ਇਹ ਸਾਡੀ ਵੀਕਨੈਸ ਹੈ। ਇਹ ਤਾਂ ਗੁਰੂ ਮਹਾਰਾਜ ਆਪ ਕਹਿ ਰਹੇ ਆ, ਇਹ ਤਾਂ ਗੁਰੂ ਮਹਾਰਾਜ ਹੁਣ ਸਾਡਾ ਗੁਰੂ ਗੁਰੂ ਸ਼ਬਦ ਆ, ਸਾਡਾ ਗੁਰੂ ਉਹੋ ਹੀ ਗੁਰੂ ਆ ਜਿਹੜਾ ਗੁਰੂ ਨਾਨਕ ਦਾ ਗੁਰੂ ਸੀ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਹੁਣ ਸਾਨੂੰ ਇਹ ਵੀ ਦੱਸਿਆ ਗਿਆ ਵੀ ਸਭ ਤੋਂ ਵੱਡੀ ਜਿਹੜੀ ਸੇਵਾ ਆ, ਉੱਤਮ ਸੇਵਾ ਸ਼ਬਦ ਵਿਚਾਰ, ਅਸੀਂ ਸ਼ਬਦ ਨੂੰ ਵਿਚਾਰਨਾ, ਸ਼ਬਦ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ, ਠੀਕ ਹੈ ਨਾ। ਅਫਸੋਸ ਦੀ ਗੱਲ ਇਹ ਆ ਕਿ ਜਿਹੜਾ ਸ਼ਬਦ ਅਸੀਂ ਸੁਣਨੇ ਉਹ ਸਾਡੇ ਰਜਿਸਟਰ ਨਹੀਂ ਹੁੰਦਾ, ਬਿਕੋਜ਼ ਅਸੀਂ ਸਾਡੀ ਜ਼ਬਾਨ ਕਨੈਕਟ ਨਹੀਂ ਹੋ ਰਹੀ। ਦੈਟ ਇਜ਼ ਦਾ ਬਿਗੈਸਟ ਪ੍ਰੋਬਲਮ। ਜਿੱਥੇ ਕਨੈਕਸ਼ਨ ਹੋ ਗਿਆ ਹੈ ਨਾ, ਉੱਥੇ ਹੁਣ ਅੱਜ ਕੱਲ੍ਹ ਦੇ ਨੌਜਵਾਨ ਸਾਨੂੰ ਚਾਹ ਚੜ੍ਹਦਾ ਹੁੰਦਾ, ਬੜੀ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਨੌਜਵਾਨ ਦੇਖਦੇ ਹਾਂ ਵਰਲਡ ਵਾਈਡ ਜਿਹੜੇ ਜਦੋਂ ਸ਼ਬਦ ਦੇ ਨਾਲ ਜੁੜਦੇ ਆ, ਅਤੇ ਜਿੱਦਾਂ ਇੱਕ ਨੰਗੀ ਬਿਜਲੀ ਦੀ ਤਾਰ 'ਤੇ ਉਂਗਲੀ ਰੱਖ ਦਿਓ ਖਿੱਚ ਪੈਂਦੀ ਆ, ਇੱਦਾਂ ਪੈਂਦੀ ਆ। ਪਰ ਹੁਣ ਸਾਡੇ ਪ੍ਰੋਬਲਮ ਇਹ ਆ ਕਿ ਅਸੀਂ, ਮੈਂ ਆਪ ਕਹਿੰਦਾ ਹੁੰਦਾ ਵੀ ਅਸੀਂ ਧਰਮ ਨੂੰ ਕਮਰਸ਼ੀਅਲਾਈਜ਼ ਕਰ ਦਿੱਤਾ, ਧਰਮ ਨੂੰ ਧੰਦਾ ਬਣਾ ਦਿੱਤਾ, ਹੈ ਨਾ। ਐਂਡ ਦੈਟਸ ਵੇ ਵੀ ਨਾਓ ਗੋਟ ਗੋ ਬੈਕ ਟੂ ਆਰ ਰੂਟਸ। ਐਂਡ ਵਾਈ ਵਾਜ਼ ਇਟ ਸੋ ਇਫੈਕਟਿਵ ਵਨ ਗੁਰੂ ਨਾਨਕ ਵਾਜ਼ ਵੋਕਿੰਗ ਦਿਸ ਅਰਥ, ਕਰਕੇ ਜਦੋਂ ਗੁਰੂ ਨਾਨਕ ਦੇਵ ਜੀ ਜਿੱਥੇ ਗਏ ਚਾਰ ਉਦਾਸੀਆਂ 'ਤੇ, ਜੇ ਅੱਜ ਆਪਾਂ 3 ਕਰੋੜ ਕਹਿੰਦੇ ਹਾਂ ਉਦੋਂ 15 ਕਰੋੜ। ਗੱਲ ਤਾਂ ਇਹੀ ਹੈ ਕਿ ਜੋ ਗੁਰੂ ਨਾਨਕ ਸਾਹਿਬ ਨੇ ਦੂਜਿਆਂ ਧਰਮਾਂ ਬਾਰੇ ਕਿਹਾ ਕਿ ਤੁਸੀਂ ਕਿਸ ਤਰੀਕੇ ਨਾਲ ਆਪਣੀ ਕੱਟੜ ਸੋਚ ਦੇ ਵਿੱਚ ਗ੍ਰਸੇ ਹੋਏ ਹੋ, ਖੁੱਲ੍ਹ ਕੇ ਬਾਹਰ ਆਓ। ਉਸ ਤੋਂ ਬਾਅਦ ਸਾਡੇ 5ਵੇਂ ਪਾਤਸ਼ਾਹ ਨੇ ਜਦੋਂ ਗੁਰੂ ਸਾਹਿਬ ਨੂੰ ਸੰਪਾਦਨਾ ਕੀਤੀ, ਸਾਡੇ ਗੁਰਦੁਆਰਾ ਸਾਹਿਬ ਬਣੇ। ਮੈਂ ਪਿੱਛੇ ਕਿਸੇ ਨਾਲ ਗੱਲ ਕਰ ਰਿਹਾ ਸੀਗਾ ਕਿ ਅਸੀਂ ਬੜੇ ਮਾਣ ਨਾਲ ਕਹਿੰਦੇ ਹਾਂ ਕਿ ਸਾਡੇ 4 ਦਰ ਖੁੱਲ੍ਹੇ ਆ, 4 ਵਰਨਾਂ ਵਾਸਤੇ ਖੁੱਲ੍ਹੇ ਆ, ਅਤੇ ਮੈਨੂੰ ਅੱਗੋਂ ਜਵਾਬ ਇਹ ਮਿਲਿਆ ਸੀ ਜੀ ਉਹ ਅੰਦਰ ਆਉਣ ਲਈ ਖੁੱਲ੍ਹੇ ਆ, ਬਾਹਰ ਜਾਣ ਲਈ ਖੁੱਲ੍ਹੇ ਨਹੀਂ। ਦੇਖੋ ਜੇ ਆਪਾਂ ਇੱਦਾਂ ਕਹੀਏ ਨਾ, ਹਰਿਮੰਦਰ ਸਾਹਿਬ ਦਾ ਇਗਜ਼ਾਮਪਲ ਦੇ ਦਈਏ, ਕਰਕੇ ਆਮ ਸਾਰੇ ਹਰਿਮੰਦਰ ਸਾਹਿਬ ਦਾ ਇਗਜ਼ਾਮਪਲ ਦਿੰਦੇ ਆ ਨਾ, 4 ਦਰਵਾਜ਼ੇ ਆ, ਨੌਰਥ ਸਾਊਥ ਈਸਟ ਵੈਸਟ ਜਿਹੜਾ ਮਰਜ਼ੀ ਆਵੇ। ਪਰ ਦੇਖੋ ਉੱਥੇ ਬਣਨ ਨੂੰ ਵੀ ਹੈ ਨਾ, ਬਾਹਰ ਕੰਡੀਸ਼ਨ ਲੱਗੇ ਹੋਈ ਆ। ਕੀ ਕੰਡੀਸ਼ਨ ਆ? ਸਿਰ ਢੱਕ ਕੇ ਆ, ਸ਼ਰਾਬ ਦੀ ਵਰਤੋਂ ਨਹੀਂ ਕਰਨੀ, ਮਾਸ ਤੋਂ ਨਹੀਂ ਵਰਤੀ ਕਰਨੀ। ਸੋ ਅੰਦਰ ਆਉਣ ਨੂੰ ਹੀ ਉੱਥੇ ਕੰਡੀਸ਼ਨ ਲੱਗੀ ਹੋਈ ਆ। ਅੰਦਰ ਫਿਰ ਮਹਾਰਾਜ ਵੀ ਤੁਹਾਨੂੰ ਕੰਡੀਸ਼ਨਾਂ ਦਿੰਦਾ ਵੀ ਸਿੱਖ ਦਾ ਜੀਵਨ ਇੱਦਾਂ ਦਾ ਹੋਣਾ ਚਾਹੀਦਾ, ਠੀਕ ਆ। ਇਟਸ ਓਪਨ, ਐਵਰੀਬਾਡੀ ਇਜ਼ ਵੈਲਕਮ, ਬਟ ਟੂ ਕਮ ਇਨ ਦਿਸ ਸਰਟਨ ਸਰਟਨ ਉੱਥੇ ਵੀ ਮੈਂ ਜਦੋਂ ਗਿਆ, ਉੱਥੇ ਵੀ ਤੁਸੀਂ ਸਿਰਫ 1 ਦਰਵਾਜ਼ੇ ਤੋਂ ਹੀ ਜਾ ਸਕਦੇ ਹੋ। ਨਹੀਂ ਉਹ ਤਾਂ ਠੀਕ ਹੈ, ਨਹੀਂ 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 ਠੀਕ ਹੈ, ਬਸ ਜੇ ਪਾਪਾ ਜੀ ਜੇ ਫਿਲੋਸਫੀ ਵੱਲ ਅਸੀਂ ਚੱਲੀਏ ਤੇ 4 ਦਰਵਾਜ਼ਿਆਂ ਵੱਲੋਂ ਕਿਉਂ ਨਹੀਂ ਜਾ ਸਕਦੇ? ਨਹੀਂ ਜਾਂਦੇ ਲੋਕ, ਨਹੀਂ ਜਾਂਦੇ, ਬਿਲਕੁਲ ਨਹੀਂ ਜਾ ਸਕਦੇ। ਮੈਨੂੰ ਜ਼ਿਆਦਾ ਪਤਾ, ਮੈਂ ਸਾਰੀ ਉਮਰ ਉੱਥੇ ਰਿਹਾ। ਮੈਂ ਪਿਛਲੇ ਸਾਲ ਪੂਰਾ ਉਹਦੇ ਵਿੱਚ ਸਟੱਡੀ ਕਰਕੇ ਆਇਆ, ਨਹੀਂ ਪੂਰਾ ਸਟੱਡੀ ਕਰਕੇ ਆਇਆ, ਮੈਂ ਉਹਦਾ ਟਾਈਮ ਬਤਾਇਆ। ਉਹ ਅਲਾਓ ਨਹੀਂ, ਲਾਈਨ ਬਣੀ ਦੀ ਹੈ 1.5 ਕਿਲੋਮੀਟਰ ਦੀ, 2 ਕਿਲੋਮੀਟਰ ਦੀ, ਤੁਸੀਂ ਜਾ ਹੀ ਨਹੀਂ ਸਕਦੇ ਕਿਸੇ ਹੋਰ ਦਰਵਾਜ਼ੇ ਤੋਂ, ਐਕਸੈਪਟ VIP। ਤੁਸੀਂ ਉਹ ਗੱਲ ਤੇ ਫੈਸਲਾ ਕਰਿਆ ਜਿਹੜੀ ਨਹੀਂ ਹੁੰਦੀ, ਮੈਂ ਤੁਹਾਨੂੰ ਦੱਸਦਾ ਕਿੱਦਾਂ। ਉੱਥੇ 2 ਲਾਈਨ ਨੇ, ਜਿਹੜੀ ਜੋ ਤੁਸੀਂ ਵੀ ਗਏ ਹੋ ਸਪੈਸ਼ਲ ਲਾਈਨ 'ਚੋਂ, ਮੈਂ ਤੁਹਾਨੂੰ ਦੱਸ ਸਕਦਾ। ਇੱਕ ਤਾਂ ਜਿੱਥੋਂ ਸੰਗਤ ਜਾਂਦੀ ਆ, ਇੱਕ ਤੋਂ ਜਿੱਥੋਂ ਸਾਡੇ ਪ੍ਰਚਾਰਕ ਜਿਨ੍ਹਾਂ ਨੇ ਸ਼ਿਫਟ ਬਦਲਣੀ ਹੁੰਦੀ ਆ, ਜਾਂ ਕੁਝ ਹੋਰ ਕੁਝ ਐਸੇ ਲੋਕ VIP ਟਾਈਪ ਆਉਂਦੇ ਆ, ਇੱਕ ਨਾਲ ਨਿੱਕੀ ਸੈਂਟਰ 'ਚ ਲੇਨ ਬਣੀ ਹੋਈ ਆ, ਉਹ ਜਿਹੜੀ ਆ ਪਿਛਲੇ ਪਾਸੇ ਜਾ ਕੇ ਖੁੱਲ੍ਹਦੀ। ਪਿਛਲੇ ਦਰਵਾਜ਼ੇ ਤੋਂ ਵੀ ਲੋਕ ਜਿਨ੍ਹਾਂ ਨੇ ਰਸ਼ ਵਿੱਚ ਜਲਦੀ ਆਉਣਾ ਹੁੰਦਾ, ਪਿਛਲੇ ਦਰਵਾਜ਼ੇ ਤੋਂ ਐਂਟਰ ਕਰਕੇ ਮਹਾਰਾਜ ਦੇ ਦਰਸ਼ਨ ਕਰਕੇ ਆ ਸਕਦੇ। ਇਹ ਨਹੀਂ ਗੱਲ ਵੀ ਉੱਥੇ ਕੋਈ ਪਾਬੰਦੀ ਵੀ ਸਭ ਕੋਈ ਵੱਜ ਸਕਦੇ। ਕੋਈ ਜੇ ਆਪਾਂ ਇੱਕੋ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆ, ਜਿੱਥੇ ਕਿਸੇ ਇਟਸ ਇਨਵਾਈਟਿੰਗ ਐਵਰੀਵਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮੈਸੇਜ ਜਿਹੜਾ ਸਾਂਝੀਵਾਲਤਾ ਦਾ ਗ੍ਰੰਥ, ਸਾਂਝੀਵਾਲਤਾ ਸਾਰੀ ਦੁਨੀਆ ਨੂੰ ਮੈਸੇਜ ਉੱਥੋਂ ਜਾਂਦਾ। ਐਂਡ ਦੈਟ ਇਜ਼ ਦਾ ਕੋਨਸੈਪਟ ਆਫ ਸਿੱਖੀ, ਠੀਕ ਹੈ ਨਾ। ਪਰ ਇਹ ਜਿਹੜਾ ਕੋਨਸੈਪਟ ਹੈ ਉਹਦੇ ਵਿੱਚ ਲਿਖਿਆ ਹੋਇਆ ਨਾ, ਜਿਹੜਾ ਸਾਨੂੰ ਪੜ੍ਹਨ ਲਈ ਪ੍ਰੇਰਣਾ ਚਾਹੀਦਾ। ਜੇ ਅਸੀਂ ਉਹਨੂੰ ਮੰਦਰਾਂ ਦੀ ਤਰ੍ਹਾਂ, ਪੱਥਰ ਦੀ ਤਰ੍ਹਾਂ, ਸ਼ਿਵਲਿੰਗ ਦੀ ਤਰ੍ਹਾਂ ਪੂਜਣਾ ਸ਼ੁਰੂ ਕਰਤਾ, ਹਾਰ ਪਾਉਣੇ ਸ਼ੁਰੂ ਕਰਤੇ, ਸੁੱਟਣੇ ਸ਼ੁਰੂ ਕਰਤੇ, ਉਹ ਤੋਂ ਗਿਆਨ, ਜੇ ਫਿਰ ਉਹ ਤੋਂ ਗਿਆਨ ਹਾਸਲ ਨਹੀਂ ਕੀਤਾ, ਇਹ ਸਾਡੇ ਕਿਤੇ ਨਾ ਕਿਤੇ ਵੀਕਨੈਸ ਹੈ ਜਿਹੜੀ ਸਾਈਕੋਲੋਜੀਕਲੀ ਹੈ ਨਾ ਭਾਈ ਸਾਹਿਬ। ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਨਾ ਰੱਖੀਏ ਆਪਾਂ ਹੋਟਲਾਂ 'ਚ, ਆਪਾਂ ਉਹਦੀ ਵਿਆਖਿਆ, ਉਹਦੇ ਸ਼ਬਦਾਂ ਦੀ ਵਿਚਾਰ ਹੀ ਨਹੀਂ ਸਕਦੇ ਆਪਾਂ, ਨਹੀਂ ਉਹਦੇ ਸ਼ਬਦਾਂ ਦੀ ਵਿਚਾਰ, ਉਹਦੇ ਸ਼ਬਦਾਂ ਦੀ ਵਿਚਾਰ, ਹਾਂਜੀ ਹੈ ਨਾ। ਦੇਖੋ ਹੈ ਤੇ
एक परमात्मा का ना ही है ना, एक मार्ग ही है ना। वह मार्ग की व्याख्या अगर असी जगह जगह स्प्रेड करिए, लोगों से जाइए, तो पॉसीबल है कि ताड़ी जिहड़ी जिहड़ी ताड़ी साइंटिफिक सोच तुसीं कहिंदे आपां वह ज़्यादा लोगों तक असर कर सके। जे असी उन्होंने लपेट के कुछ लोगों के हवाले कर देंगे भी भाई तुसीं उह पुराने पंडित वांगू इहदे चों पढ़ के नहीं, दैट आई बिलीव दैट इफ द बिगेस्ट नुकसान जिहड़ा असी कीता कि असी ये गुरु ग्रंथ साहब का मैसेज जिहड़ा सांझी वालता दा सीगा असी बाहर नहीं लैके जा सके। दैट इज़ अ प्रॉब्लम। वी ऑलसो हैव अ प्रॉब्लम कि असी बाहर की लैके जाना असी अपने न्याणियां नूं नहीं दस सके। सो वी हैव अ प्रॉब्लम एंड वी नॉट सेइंग देयर इज़ नॉट अ प्रॉब्लम, वी हैविंग अ प्रॉब्लम नाउ। अपने पिछले पंजा छेआं सत्तां सालां तो नौजवान भी उठे आ, प्रचार हुंदा उन्हां दी लैंग्वेज दे विच, वेयर एवर देयर इज़ अ फेलिंग है ना। प्रबंधक का मतलब प्रबंधक आना कितों असी कितों जितों असी फेल हो रहे हैं। अपना फर्ज यह बनता कि थिंक टैंक के नाल तो आप सारे बैठे हैं, इत्थे साड़ी गलती आ, इस होल नू फिल करो। ये किवें फिल करना हुण इन्होंने कहा सी फाइनैंशली कई बंदे इन्ने स्ट्रगल करते आ, ठीक है ना। सिक्खी उदो इन्नी फुलफुलत सी जो सिख दे कोल सिख का गुरद्वारा कच्चा सी, पर सिक्खी पक्की सी। हुण साडे कोल पक्के हो गए तो सिख कच्चा हो गया। क्योंकि इस पासे सानू तां जाना पिया, जिहड़ा मैं तुहानू सवाल कीता सी कि एक परपक्क धर्म होवे, संपूर्ण धर्म होवे जिहदे विच हर चीज बैलेंस होवे, जिद्दां तुसीं खुद ही कहा कि सारा चीज दा बैलेंस आ, फिर की एक वजह से आप चलो निशानदेही कर ली कि साडा प्रचार दा ढंग गलत है, थोड़ा चेंज करन दी जरूरत है, ते ओ वी रहा। बहुत सारे लोग हुण क्वेश्चन करन लगे कि एदा नहीं एदा होना चाहिदा, ये चंगा गुड साइन है, इनू कट्टरवाद विच आपां नूं शायद नहीं छपाउणा चाहिदा कि आपां गुरु साहब नूं सवाए रमालिया च लपेट के ज्यादा सेवा कर रहे हैं, तो उहदा ज्ञान नहीं स्प्रैड कर रहे, तो असीं किते ना किते अपने आप नूं धोखा दे रहे हैं। द बेस्ट थिंग यू कैन डू इज़ स्प्रैड द ज्ञान। बिल्कुल बिल्कुल यही गल असीं तुहानूं कहनी चाहुंदे सी, उहदी शब्दावली कुछ होर हो सकदी, खैर दूजी हर्टफर्ड शब्दावली हुंदी आ जदों, क्योंकि साडा सत्कार उत्थे आ, असीं जिन्ना वी शब्द दा सत्कार कर सकदे आ, यानी कि असीं अपने गुरु साहब नूं पूजण तों ज्यादा उहनां दे ज्ञान नूं उहनां दे विद्या जिहड़ी उहनां सानूं दित्ती उहनूं स्प्रैड करन तों जोर लाईए तां ज्यादा चंगा रहेगा। इह तां हो गया धर्म दे पॉइंट। मैं अगेन उत्थे आना कि इन्ना कुछ होण दे बावजूद एक कमी अही लभ ली कि असीं उहनूं ठीक तरह कन्वे नहीं कर पा रहे अपनियां आउण वालियां नसलां नूं, ते जां सिक्खी तों बाहरी लोकां नूं उह कन्वे नहीं कर पा रहे। दूजा अजकल असीं इह बड़ा रौला पा रहे हां कि साडे च पेनीट्रेट हो गए जी, सानूं हिंदू मर्ज कर रहे आ, सानूं मुसलमान इदां कन्वर्ट कर रहे आ। असीं अपने आप नूं स्ट्रोंग करन लई अपने बच्चों तक वो मैसेज नहीं पहुँचा सके, एक ये कारण है। होर किहड़ा कारण है, जिदा बहुत मैं दलगीर हाँ भी आर्टिकल पढ़िया कि वो टारगेट करते हैं कि कड़े वाली लड़की दिख जाए तो उन्होंने फोकस कर लेंगे ने कि सिखा की कुड़ी आ, इन सब तो छेती जरा वरगलाया जा सकता। एक ही वजह हुई कि असी इन्ने वीक हो गए कि साडा कड़ा वेख के सानू शिकार बना लिया गया। देखो जी हर बंदे दे रूट्स होंगे किन्ने क डूंगे उन्हों दी जड़ा आ, हुण जे आह ही पत्ता आया तो ये कोई रूट्स नहीं गए, इनू माड़ी हवा है तो उधर भी चल जाना, जिधर हवा है उधर चल जाना। जो हम तुहाडे रूट्स होणगे उन्हें पहलों पटना पऊगा, पटना औखा हुंदा। इन द सेम मैनर जिहड़े रूट्स की मैं गल करदा भी जे तो बच्चों नूं आपां पहले दिन तो ज्ञान दिता हुंदा प्रॉपर सिक्खी दे, नॉट जस्ट ज्ञान, यू हैव ज्ञान बट यू ऑलसो इंप्लीमेंटेड इन योर लाइफ, वो चीज़ नहीं हुई सो दैट उन्हें रूट्स जिहड़े डूंघे रूट्स वो दिते नहीं गए। हुण एक कड़ा पा के सिर्फ तो सिर्फ कहना यू नो आई एम सिख, ठीक है, बाय डिफॉल्ट वी आर सिख, ठीक है, बट दैट डजन गिव यू द स्ट्रोंग रूट्स दैट यू नीड, दैट बाणी द इंप्लीमेंटेशन ऑफ बाणी इन योर लाइफ दैट गिव यू द स्ट्रोंग रूट्स। उस बंदे नूं तुसीं हिला नहीं सकते क्योंकि उन्होंने पता कितने तुहाडे गुरु की रिक्वायरमेंट की आ। हुण मेजोरिटी ऑफ पीपल हुण इदां दे तां बंदे उस टाइम ते जिदा अज दे टाइम दे विच आ कि आपां कहिंदे कि क्यों नहीं सुणदे, उस गुरु नानक देव पातशाह दे टाइम ते भी बंदे इदां दे सीगे। एक 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 पिंड गए महाराज नूं, उन्होंने बन नहीं दिता, कहिंदे तेरी सोच नहीं इत्थे चाहिए, हां जी कराईया क्या ठग क्या कई कुछ क्या। सो उस टाइम ते भी ये बंदे हैगे सीगे बट महाराज ने अपना मिशन नहीं छड्डिया। इन द सेम वे जदों कोई धी भैण की इज्जत लुट हुंदी आ इरिस्पेक्टिव ऑफ हू दे आर,
ਸਾਡਾ ਫਰਜ਼ ਬਣਦਾ ਆਪਣੇ ਗੁਰੂ ਦਾ ਸਾਡਾ ਹੁਕਮ ਕੀ ਆ ਕਿ ਹਰ ਧੀ ਭੈਣ ਦੀ ਆਪਣੀ ਧੀ ਭੈਣ ਸਮਝ ਕੇ ਉਹਦੀ ਇੱਜ਼ਤ ਬਚਾਉਣੀ ਆ। ਵੀ ਕੈਨੋਟ ਰਿਡ ਦ ਵਰਲਡ ਆਫ ਆਲ ਇਟਸ ਈਵਲ, ਬਟ ਆਈ ਓਵੇਜ਼ ਸੇ ਕਿ ਜੇ ਇੱਕ ਵੀ ਬੱਚੀ ਦੀ ਹੈਲਪ ਅਸੀਂ ਮਹਾਰਾਜ ਵੱਲੋਂ ਕਰ ਸਕਦੇ ਹਾਂ, ਅਸੀਂ ਆਪਣਾ ਕਹਿ ਲਵਾਂਗੇ ਸਾਡਾ ਜੀਵਨ ਸਫਲ ਆ। ਬਟ ਲੈਟ ਮੀ ਆਸਕ ਯੂ ਵਨ ਥਿੰਗ ਵੈਰੀ ਕਲੀਅਰਲੀ। ਹਾਂਜੀ। ਦ ਗਰਲ ਐਂਡ ਅ ਬੋਏ, ਇਫ ਦੇ ਫਾਲ ਇਨ ਲਵ ਵਿਦ ਈਚ ਅਦਰ, ਫੋਰਗੈਟ ਅਬਾਊਟ ਦ ਰਿਲੀਜਨ, ਵਾਈ, ਵਟ ਰਾਈਟ ਵੀ ਹੈਵ ਟੂ ਟੈਲ ਦੈਮ ਨੋ, ਬਿਕੋਜ ਦੈਟ ਬਿਲੋਂਗਸ ਟੂ ਦੀ ਅਦਰ ਰਿਲੀਜਨ, ਯੂ ਬਿਲੋਂਗ ਟੂ ਅਦਰ ਰਿਲੀਜਨ, ਯੂ ਕੈਨ ਨਾਟ ਗੋ। ਹੈਂਜੀ, ਇਨ ਵਨ ਪਰਟੀਕੁਲਰ ਮੁਸਲਿਮ ਕਮਿਊਨਿਟੀ ਇਟ ਇਜ਼ ਦੇਅਰ, ਬਟ ਵਟ, ਵਾਈ ਵੀ ਸ਼ੁਡ ਇਨਸਿਸਟ, ਨੋ ਯੂ ਕੈਨ ਨਾਟ ਲਵ ਦਿਸ ਬੋਏ ਔਰ ਯੂ ਕੈਨ ਨਾਟ ਲਵ ਦਿਸ ਗਰਲ, ਬਿਕੋਜ ਲਵ ਹੈਜ਼ ਨੋ ਫੇਥ। ਨੋ, ਪਰ ਭਾਈ ਸਾਹਿਬ, ਵੀ ਡੋਂਟ ਡੂ ਦੈਟ। ਜਿੱਥੇ ਹੁਣ ਗੱਲ ਹੈਗੀ ਆ, ਜੇ ਹੁਣ ਦੋ ਕੰਸਲਟਿੰਗ ਐਡਲਟਸ ਜਿਹੜੇ ਆ ਉਹ ਕੋਈ ਡਿਸੀਜਨ ਬਣਾਉਂਦੇ ਆ, ਉਹ ਕੰਸੈਂਟ ਕਰ ਰਹੇ ਆ, ਸਾਡਾ ਕੋਈ ਹੱਕ ਨਹੀਂ ਉੱਥੇ ਅਸੀਂ ਆਪਣਾ। ਜੇ ਅਸੀਂ ਹੁਣ ਕੋਈ ਬੱਚਾ ਆ, 16 ਸਾਲ ਦਾ ਬੱਚਾ ਆ, 15 ਸਾਲ ਦਾ ਬੱਚਾ, ਕੋਈ 20-25 ਸਾਲ ਦਾ ਬੰਦਾ ਉਹਦੇ ਨਾਲ ਕੋਈ ਗੱਲ ਕਰ ਰਿਹਾ, ਸ਼ੀ ਇਜ਼ ਨੋਟ ਕੰਸੈਂਟਿੰਗ ਬਿਕੋਜ਼ ਸ਼ੀ ਇਜ਼ ਨੋਟ ਆਫ ਦੈਟ ਏਜ ਟੂ ਅੰਡਰਸਟੈਂਡ ਵਟਸ ਹੈਪਨਿੰਗ, ਹੈ ਨਾ। ਦੂਜੀ ਹੈਗੀ ਫੋਰਸਫੁਲ ਕਨਵਰਜ਼ਨ, ਦੂਜੀ ਹੈਗੀ ਤਾਂ ਗਰੂਮਿੰਗ ਪ੍ਰੋਸੈਸ। ਬੰਦਾ ਇੱਕ ਟਾਈਮ 'ਤੇ ਸਮਝਦਾ ਵੀ ਆਈ ਐਮ ਇਨ ਲਵ, ਬਟ ਯੂ ਡੋਂਟ ਨੋ ਬਿਹਾਈਂਡ ਦ ਪ੍ਰੋਸੈਸ ਕਿਹੜਾ ਗਰੂਮਿੰਗ ਪ੍ਰੋਸੈਸ ਯੂਜ਼ ਕੀਤਾ ਗਿਆ। ਸੋ ਜਦੋਂ ਉਹ ਇਨਵੈਸਟੀਗੇਟ ਕਰਦੇ, ਇਜ਼ ਇਟ ਅ ਗਰੂਮਿੰਗ, ਹੈਜ਼ ਸ਼ੀ ਬੀਨ ਗਰੂਮਡ, ਡੂ ਵੀ ਵਾਈਟ ਬੋਰਡ 'ਤੇ ਲੱਗ ਕੇ ਯੂ ਗੋ ਬੈਕ 3 ਮੰਥਸ, ਜਦੋਂ ਪੈਟਰਨ ਦੱਸ ਪੈਂਦਾ ਗਰੂਮਿੰਗ ਦਾ, ਫਿਰ ਅਸੀਂ ਇੰਟਰਵਿਊ ਕਰਦੇ ਹਾਂ। ਜੇ ਉੱਥੇ ਕੋਈ ਪੈਟਰਨ ਨਹੀਂ ਦੱਸਦਾ, ਦੈਨ ਦੇ ਟੂ ਕੰਸੈਂਟਿੰਗ ਪੀਪਲ। ਆਪਾਂ ਫਿਲਾਸਫੀ ਤੋਂ ਹਟ ਕੇ ਥੋੜ੍ਹੀ ਜਿਹੀ ਪ੍ਰੈਕਟੀਕਲ ਗੱਲ ਕਰ ਲਈਏ। ਮੇਰੇ ਸਵਾਲ ਤੇ ਬੜੇ ਦਿਮਾਗ 'ਚ ਆ ਰਹੇ, ਜਿੱਦਾਂ ਤੁਸੀਂ ਹੁਣੇ ਕਿਹਾ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਕਰ ਰਹੇ ਆ। ਦੂਜਾ ਪੱਖ ਮੈਂ ਜੇ ਇਹ ਤਾਂ ਸੋਚਾਂ ਕਿ ਜਦੋਂ ਅਸੀਂ 2 ਸਾਲ ਦੇ ਬੱਚੇ ਨੂੰ ਅੰਮ੍ਰਿਤ ਛਕਾ ਕੇ ਦਸਤਾਰ ਸਜਾ ਕੇ ਕਰ ਦਿੰਦੇ ਹਾਂ, ਉਸ ਬੱਚੇ ਨਾਲ ਅਸੀਂ ਧੱਕਾ ਨਹੀਂ ਕਰ ਰਹੇ ਹੁੰਦੇ? ਨਹੀਂ, ਧੱਕਾ ਨਹੀਂ ਕਰ ਰਹੇ, ਬਿਕੋਜ਼ ਕਿਉਂਕਿ ਨਾ ਉਹਨੂੰ ਗੁਰਬਾਣੀ ਦਾ ਗਿਆਨ ਹੈ, ਨਾ ਉਹਨੂੰ ਅਜੇ ਸਾਡੂ ਧਰਮ ਦੀ ਵਿਆਖਿਆ ਹੀ ਸਮਝਾ ਸਕੇ ਹਾਂ, ਨਾ ਉਹਨੂੰ ਅੰਮ੍ਰਿਤ ਦੀ ਸ਼ਕਤੀ ਦਾ ਪਤਾ, ਅਤੇ ਅਸੀਂ ਉਹਨੂੰ ਜ਼ਬਰਦਸਤੀ ਬਾਣੇ ਰੂਪ ਦੇ ਵਿੱਚ ਵੇਖਣਾ ਚਾਹੁੰਦੇ ਹਾਂ, ਕਿਤੇ ਨਾ ਕਿਤੇ ਮੈਨੂੰ ਇਸ ਤਰ੍ਹਾਂ ਦੇ ਕੁਐਸਚਨ ਤਾਂ ਬਹੁਤ ਹੋ ਸਕਦੇ ਹਨ। ਭਾਈ ਸਾਹਿਬ, ਜਦੋਂ ਆਪਾਂ ਹੁਕਮਨਾਮੇ ਪੜ੍ਹਦੇ ਹਾਂ, ਆਪਾਂ ਆਪਣੇ ਪੁਰਾਤਨ ਗ੍ਰੰਥ ਪੜ੍ਹਦੇ ਹਾਂ, ਦੈਨ ਇਹ ਹਰ ਮਾਪੇ ਦਾ, ਇਫ ਆਈ ਐਮ ਬੋਰਨ ਇਨ ਅ ਸਿੱਖ ਫੇਥ, ਠੀਕ ਹੈ ਨਾ, ਮੇਰਾ ਫਰਜ਼ ਬਣਦਾ ਕਿ ਮੈਂ ਆਪਣੇ ਜਿਹੜੀ ਮੈਨੂੰ ਬਿਊਟੀ ਜਿਹੜੀ ਮੈਂ ਆਪਣੇ ਗ੍ਰਹਿਣ ਕੀਤੀ ਆਪਣੇ ਮਹਾਰਾਜ ਤੋਂ, ਅਤੇ ਜਦੋਂ ਮੈਂ ਅੰਮ੍ਰਿਤ ਪਾਨ ਕਰ ਲਿਆ, ਅਤੇ ਉੱਥੇ ਹੁਕਮਨਾਮੇ ਸਾਨੂੰ ਦੱਸਦੇ ਆ ਕਿ ਤੁਸੀਂ ਆਪਣੇ ਬੱਚੇ ਨੂੰ ਵੀ ਸਿੱਖ ਫੇਥ ਦੇ ਦੇਖੋ। ਇਹ ਹਰ ਬੱਚੇ ਦੀ ਕਪੈਸਿਟੀ, ਮੇਰਾ ਖਿਆਲ 2 ਸਾਲ ਦੇ ਬੱਚੇ ਨੂੰ ਕੋਈ ਅੰਮ੍ਰਿਤ ਨਹੀਂ ਛਕਾਉਂਦਾ। ਬਟ ਜੇ ਆਪਾਂ ਤੁਸੀਂ ਇਹ ਗੱਲ ਕਰਦੇ ਹਾਂ, ਹੁਣ ਆਪਣੇ ਵਿੱਚ 5 ਸੰਸਕਾਰ ਆਉਂਦੇ ਆ, ਠੀਕ ਹੈ, ਉਹ ਕਲੀਅਰਲੀ ਮਾਰਕਡ ਆ ਮਰਿਆਦਾ ਵਿੱਚ, ਜਨਮ, ਵਿੱਦਿਆ, ਆਨੰਦ ਕਾਰਜ, ਸੋਰੀ ਅੰਮ੍ਰਿਤ ਸੰਚਾਰ, ਆਨੰਦ ਕਾਰਜ ਅਤੇ ਮ੍ਰਿਤਕ। ਹੁਣ ਸਾਨੂੰ ਦੱਸਿਆ ਗਿਆ ਕਲੀਅਰਲੀ, ਜਦੋਂ ਬੱਚਾ ਜੰਮਦਾ ਉਹ ਕੀ ਕਰਨਾ, ਉੱਥੇ ਉਹਨੂੰ ਚੂਲਾ ਦੇਈਦਾ, ਸਾਰਾ ਕੁਛ ਦੇਈਦਾ, ਵਾਹਿਗੁਰੂ ਕਹੀਦਾ, ਉਹ ਸਾਡੀ ਮਰਿਆਦਾ ਦੱਸੀ ਗਈ ਆ ਫਰੋਮ ਗੁਰੂ ਗੋਬਿੰਦ ਸਿੰਘ ਦੇ ਟਾਈਮ ਦੀ। ਵੀ ਕੈਨੋਟ ਸੇ ਨੋ ਵੀ ਹੈਵ ਟੂ ਵੇਟ, ਉਹਨੂੰ 5 ਸਾਲ ਦਾ ਹੋ ਜਾਵੇ, 10 ਸਾਲ ਦਾ ਜੇ ਫੇ ਉਹਨੂੰ ਦੇਣੀ ਆ, ਬਿਕੋਜ਼ ਮਰਿਆਦਾ ਇਜ਼ ਟੈਲਿੰਗ ਅਸ ਦੈਟ ਇਜ਼ ਵਾਟ ਵੀ ਗੋਟ ਟੂ ਗਿਵ ਦ ਫਸਟ ਬੋਰਨ ਚਾਇਲਡ, ਐਂਡ ਦੈਨ ਵੈਨ ਇਟ ਇਜ਼ 5, ਯੂ ਨੋ, ਇਹਨੇ ਸਕੂਲੇ ਲੱਗਣਾ, ਇਹਦਾ ਵਿੱਦਿਆ ਵਿੱਦਿਆ ਸੰਸਕਾਰ ਕਿੱਦਾਂ ਕਰਨਾ, ਇਹਦਾ ਫੇ ਮਹਾਰਾਜ ਕਹਿੰਦੇ ਆ ਪ੍ਰਥਮ ਪੌਲ ਖੰਡੇ ਕੀ ਤੁਸੀਂ ਇੰਗਲੈਂਡ ਦੇ ਵਿੱਚ ਬਹੁਤ ਸਾਰੇ ਕੇਸ ਕੀਤੇ, ਲੀਗਲ ਕੇਸ ਵੀ ਲੜੇ, ਮੈਂ ਪ੍ਰੈਕਟੀਕਲ ਥੋੜ੍ਹਾ ਜਿਹਾ ਪੁੱਛ ਲਈਏ ਜੀ, ਕੋਈ ਨਹੀਂ, ਦੋ ਮਿੰਟ ਆਪਣੇ ਉੱਪਰ ਵੀ ਹੋ ਜਾਣਗੇ, ਅਤੇ ਹੁਣ ਤੁਸੀਂ ਹੋਰ ਸਪਰੈਡ ਹੋ ਰਹੇ ਹੋ, ਟੋਰਾਂਟੋ 'ਚ ਆਏ ਹੋ, ਅਸੀਂ ਜਾਣਨਾ ਚਾਹਾਂਗੇ ਇੱਥੋਂ ਦੇ ਮਾਹੌਲ ਦੇ ਮੁਤਾਬਕ ਤੁਸੀਂ ਇੱਥੇ ਕੀ ਲਰਨ ਕੀਤਾ, ਕੀ ਉਹ ਸਮੱਸਿਆ ਜਿਹੜੀ ਇੰਗਲੈਂਡ 'ਚ ਤੁਸੀਂ ਦੇਖ ਰਹੇ ਸੀਗੇ ਇੱਥੇ ਵੀ ਉਹ ਕਿਤੇ ਨਜ਼ਰ ਆ ਰਹੀ ਹੈ, ਅਤੇ ਕਿਸ ਤਰ੍ਹਾਂ ਦੀਆਂ ਤੁਸੀਂ ਪਿਛਲੇ ਹਫ਼ਤਾ ਦੱਸ ਜਿਹੜੇ 2 ਸਾਲ ਤੋਂ, ਜਦੋਂ ਆਪਾਂ ਜ਼ਿਆਦਾ ਜਿੱਦਾਂ ਹੁਣ ਸਾਡਾ ਫੇਸਬੁੱਕ 'ਤੇ 2 ਸਾਲ ਤੋਂ ਕੈਨੇਡਾ ਵਿੱਚੋਂ ਕਾਫੀ ਕੇਸ ਆ ਰਹੇ, ਲਗਭਗ ਅਬਾਊਟ 70 ਕੇਸਿਸ ਨਾ। ਹੁਣ ਪਿਛਲੇ ਸਾਲ ਐਟ ਦਿਸ ਕਰੰਟ ਮੂਮੈਂਟ ਅਸੀਂ 5 ਕੇਸ ਅਸੀਂ ਡੀਲ ਕਰ ਰਹੇ ਹਾਂ ਇੱਥੇ ਆਪਣੇ ਏਸੀਡੀ ਚੋਂ, ਟੋਰਾਂਟੋ ਤੋਂ ਨਹੀਂ, ਟੋਰਾਂਟੋ ਵਿੱਚੋਂ ਨਹੀਂ, ਇਨ ਕੈਨੇਡਾ ਰਾਈਟ ਨਾਓ ਜਿਹੜੇ ਕਰੰਟ ਚੱਲ ਰਿਹਾ ਸਾਡੇ, ਜਿਹਦਾ 1 ਕੇਸ ਆਪਣਾ ਮਾਰਚ ਦੇ ਵਿੱਚ ਕੋਰਟ ਦੇ ਵਿੱਚ ਵੀ ਆਉਣਾ ਆ, ਓਕੇ, ਸੋ ਕੋਰਟ ਦੇ ਵਿੱਚ ਵੀ ਚੱਲ ਗਿਆ। ਜਿਹੜਾ BC ਦੇ ਵਿੱਚ ਆ ਉਹ ਵੀ ਕੋਰਟ ਦੇ ਵਿੱਚ ਅਗਲੇ ਸਾਲ ਨੂੰ, ਹਲੇ ਡੇਟ ਨਹੀਂ ਉਹਦੀ ਆਈ, ਪਰ ਉਹ ਵੀ ਅਗਲੇ ਸਾਲ ਜਾਊਗਾ। ਮੌਂਟਰੀਓਲ ਦੇ 'ਚ ਅਸੀਂ ਕੇਸ ਲੜ ਕੇ ਆਏ ਹਾਂ। ਸੋ ਜਦੋਂ ਇਹ ਸਾਨੂੰ ਕੇਸ ਜ਼ਿਆਦਾ ਆਉਣ ਲੱਗ ਪਏ,
ਫਿਰ ਅਸੀਂ ਸੋਚਿਆ ਵੀ ਅਸੀਂ ਕਿਉਂ ਨਾ ਇਸ ਵਿਸ਼ੇ ਦੇ ਉੱਤੇ ਜਾ ਕੇ ਆਪਣੇ ਸਿੱਖ ਸੰਗਤਾਂ ਵਿੱਚ ਇਹ ਗੱਲ ਰੱਖੀਏ ਸੋ ਦੈਟ ਜਿਹੜੀ ਪ੍ਰੋਬਲਮ ਜਿਹੜੀ ਸਾਨੂੰ ਯੂਕੇ ਦੇ ਵਿੱਚ ਆਈ ਆ ਕਿਉਂਕਿ ਮੇਰੇ ਹਿਸਾਬ ਦੇ ਨਾਲ ਕਨੇਡਾ ਕਈ ਚੀਜ਼ਾਂ ਵਿੱਚ ਤਾਂ ਬਹੁਤ ਮੋਹਰੇ ਆ ਜਿੱਦਾਂ ਪੋਲੀਟੀਕਲ ਲੈਵਲ ਦੇ 'ਚ ਕਾਫ਼ੀ ਮੋਹਰੇ ਆ ਬਟ ਉਹਦਾ ਜਨਰਲ ਤੌਰ 'ਤੇ 15-20 ਸਾਲ ਯੂਕੇ ਤੋਂ ਪਿੱਛੇ ਆ ਬਟ ਐਵਰ ਹੈਪਨਸ ਇਨ ਦਾ ਯੂਕੇ ਇਹ ਵਿਲ ਕ੍ਰੋਸ ਦਿਸ ਪੌਂਡ ਐਂਡ ਕਮ ਹੇਅਰ ਇਟ ਵਿਲ ਰਾਈਟ ਸੋ ਬਿਫੋਰ ਦੈਟ ਡੈਮੇਜ ਇਜ਼ ਡਨ ਲੈਟਸ ਮੇਕ ਦ ਸੰਗਤ ਅਵੇਅਰ ਕਿ ਗਾਇਸ ਦੇਰ ਇਜ਼ ਅ ਪ੍ਰੋਬਲਮ ਕਮਿੰਗ ਮੇਕ ਸ਼ੋਰ ਜਿੱਦਾਂ ਹੁਣ ਕੋਈ ਇੱਥੇ ਨਿਊਜ਼ ਦੇ 'ਚ ਆ ਜਾਂਦਾ ਉਹ ਦੂਜਾ ਆ ਰਿਹਾ ਉਹ ਕੀ ਆ ਹਰਕੇਨ ਆ ਰਿਹਾ ਤਾਂ ਪਹਿਲੋਂ ਨਿਊਜ਼ ਆਉਂਦਾ ਵੀ ਸ਼ਟਰ ਸ਼ੁਟਰ ਆਪਣੇ ਕਰ ਲਓ ਅਪ ਅਤੇ ਸੇਫ ਰਹੋ ਸਾਡਾ ਮਕਸਦ ਇਹ ਆ ਕਿ ਆਪਣੇ ਸੰਗਤਾਂ ਨੂੰ ਆਣ ਕੇ ਦੱਸਣ ਵਿਸਲ ਬਲੋ ਕਰਨਾ ਕਿ ਤੁਸੀਂ ਆਪਣੀ ਸੇਫਟੀ ਜਿਹੜੀ ਆ ਤੁਹਾਡੇ ਹੱਥ ਆ ਹਾਲੇ ਤਾਂ ਠੀਕ ਆ ਮਹਾਰਾਜ ਵੀ ਗੁਰਬਾਣੀ 'ਚ ਕਹਿੰਦੇ ਕੱਛ ਵਿਗੜਿਓ ਨਹੀਂ ਅਜੋ ਜਾਗ ਸਿੱਖੋ ਹਾਲੇ ਵੀ ਕੁਛ ਵਿਗੜਿਆ ਨਹੀਂ ਹੁਣ ਵੀ ਜਾਗ ਪਾਓ ਸੋ ਸਾਡਾ ਮਕਸਦ ਸਿਰਫ ਅਤੇ ਸਿਰਫ ਇੱਥੇ ਸਿੱਖ ਸੰਗਤਾਂ ਦੇ ਦੱਸਣ ਦਾ ਆਇਆ ਪਰ ਮੈਂ ਇਹ ਜ਼ਰੂਰ ਕਹਿ ਦੂੰ ਕਿ ਜਿਹੜੀਆਂ ਪ੍ਰੋਬਲਮ ਉੱਥੇ ਆ ਕਮਿਊਨੀਕੇਸ਼ਨ ਦੀਆਂ ਪ੍ਰੋਬਲਮ ਆ ਉਹ ਇੱਥੇ ਵੀ ਇਨਅਬੰਡੈਂਸ ਆ ਜੀ ਇਨਅਬੰਡੈਂਸ ਬਿਕੋਜ਼ ਥਰੂ ਆਊਟ ਦਾ ਵਰਲਡ ਵੀ ਆਰ ਜਸਟ ਰੀਪੀਟਿੰਗ ਰੀਗਰਜੀਟੇਟਿੰਗ ਵਟਸ ਹੈਪਨਿੰਗ ਅਰਾਊਂਡ ਦਾ ਵਰਲਡ ਐਂਡ ਦੈਟ ਇਜ਼ ਨੋਟ ਰਾਈਟ ਸੋ ਇੱਕ ਅਸੀਂ ਜਦੋਂ ਹਾਈ ਲੈਵਲ ਦੀਆਂ ਮੀਟਿੰਗਾਂ ਕਰਦੇ ਬਹਿ ਕੇ ਕਰਦੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡੇ ਸਿੱਖ ਭੈਣ ਭਰਾ ਹੋਰ ਵੀ ਜਿਹੜੇ ਧਰਮਾਂ ਦੇ ਆ ਵੀ ਟੇਕ ਔਨ ਬੋਰਡ ਜਿੰਨਾ ਵੀ ਤੁਸੀਂ ਟੇਕ ਔਨ ਬੋਰਡ ਕਰ ਸਕਦੇ ਹਾਂ ਤੁਸੀਂ ਕਰੋ ਅਸੀਂ ਇਹ ਵੀ ਚਾਹੁੰਦੇ ਕਿ ਸਾਨੂੰ ਉੱਥੇ 8,000 ਮੀਲ 9,000 ਮੀਲ ਦੂਰ ਅਸ ਕੇਸ ਹੈਂਡਲ ਕਰਨਾ ਬਹੁਤ ਔਖਾ ਹੋ ਜਾਂਦਾ ਇੱਥੇ ਇੱਦਾਂ ਦੇ ਲਾਈਕ ਮਾਈਂਡਡ ਔਰਗਨਾਈਜੇਸ਼ਨਾਂ ਐਸਟੈਬਲਿਸ਼ ਹੋਣ ਅਤੇ ਅਸੀਂ ਉਹਨਾਂ ਦੀ ਹੈਲਪ ਕਰੀਏ ਉਹ ਸਾਡੀ ਹੈਲਪ ਕਰਨ ਅਤੇ ਰਲ ਮਿਲ ਕੇ ਇਸ ਜਿਹੜੇ ਗੰਦ ਆ ਜਿਹੜਾ ਇੱਕ ਧੀ ਦੀ ਇੱਜ਼ਤ ਲੁੱਟਣੀ ਇੱਕ ਔਰਤ ਦੀ ਔਰਤ ਵੱਲ ਬੁਰੀ ਨਜ਼ਰ ਵੱਲ ਦੇਖਣਾ ਇਹ ਆਪਾਂ ਇਸ ਚੀਜ਼ ਨੂੰ ਅਰੈਡੀਕੇਟ ਕਰ ਲਈਏ ਵੇ ਨੋਟ ਦੈਟ ਸਿਲੀ ਇਨ ਮਾਇੰਡ ਦੈਟ ਵੀ ਆਰ ਗੋਇੰਗ ਟੂ ਅਰੈਡੀਕੇਟ ਇਟ ਓਵਰ ਨਾਈਟ ਸਾਨੂੰ 20 ਸਾਲ ਲੱਗੇ ਯੂਕੇ ਦੇ ਵਿੱਚ ਯੂਕੇ ਦਾ ਪ੍ਰਚਾਰ ਜਿਹੜਾ ਇੰਨਾ ਹੋ ਗਿਆ ਕਿ ਅੱਗੇ ਕੇਸ ਆਉਂਦਾ ਸੀ ਕੁੜੀ ਘਰੋਂ ਚੱਲ ਗਈ ਆ ਜਾਂ ਕੁੜੀ ਨਾਲ ਆਹ ਹੋ ਗਿਆ ਜਾਂ ਇੱਦਾਂ ਹੋ ਗਿਆ ਹੁਣ ਸਾਨੂੰ ਇਹ ਹੋ ਗਿਆ ਕਿ ਭਾਈ ਸਾਹਿਬ ਮੇਰੀ ਕੁੜੀ ਦੀ ਜਿਹੜੀ ਥੋੜ੍ਹੀ ਚਾਲ ਚੱਲਣ ਥੋੜ੍ਹਾ ਜਿਹਾ ਹੋਰ ਤਰ੍ਹਾਂ ਹੁੰਦਾ ਕੈਨ ਯੂ ਸੁਜੈਸਟ ਵਾਟ ਇਟ ਇਜ਼ ਸੋ ਦੀ ਅਵੇਅਰਨੈਸ ਇਜ਼ ਕਿਕਿੰਗ ਇਨ ਭਾਈ ਮੋਹਨ ਸਿੰਘ ਜੀ ਤੁਹਾਡਾ ਅਸੀਂ ਕਰਦੇ ਹਾਂ ਐਂਡ ਦੇ ਵਿੱਚ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ ਫੋਰ ਯੋਰ ਟਾਈਮ ਐਂਡ ਹੋਪਫੁਲੀ ਇਨ ਫਿਊਚਰ ਆਲਸੋ ਵੀ ਵਿਲ ਬੀ ਏਬਲ ਟੂ ਟਾਕ ਵਿਦ ਯੂ ਐਂਡ you know go deep into the problems thank you you see the problems are there and definitely we all have to see it laws are there and there are certain laws in certain countries where after the age of 16 girl and boy are free they can even leave the home but there are certain countries where the age is 18, 19, 21 so it all depends so we have to work within the law ji. and thank you very much for your coming arjit ji in the end thank you very ji, much ji dhanwad inna da karna banda ji bahut achhiyan gallan pata lagiyan vaise inna ko bahut sara gyan hai ji bahut sara is topic to hatke vi je agar assi gall karde adhyatmikwad te ja sikh dharm de phala de jehde baki jehde hor cause ne jinna karke assi inna kuj apne kol samarth hunde hoye vi ਉਸ ਲੈਵਲ 'ਤੇ ਨਹੀਂ ਜਾ ਸਕੇ ਅਤੇ ਉਹ ਵੀ ਗੱਲਾਂ ਬਹੁਤ ਅੱਛੀਆਂ ਲੱਗੀਆਂ ਕਿਸੇ ਮੌਕੇ ਫਿਰ ਕਦੀ ਨਾ ਕਦੀ ਗੱਲ ਹੋਏਗੀ ਸਰ ਤੁਹਾਡੇ ਨਾਲ ਬਹੁਤ ਹੀ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਔਰ ਜਿਹੜਾ ਮਿਸ਼ਨ ਤੁਸੀਂ ਲੈ ਕੇ ਚੱਲੇ ਹੋ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਪੂਰੀ ਦ੍ਰਿੜਤਾ ਨਾਲ ਉਹ ਪੁਰਾਣੇ ਖਾਲਸੇ ਦੀ ਤਰ੍ਹਾਂ ਡਟ ਕੇ ਇਹਨੂੰ ਅੱਗੇ ਲੈ ਕੇ ਜਾਓਗੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਵੈਰੀ ਮੱਚ ਵੀ ਵਿਲ ਸੀ ਯੂ ਨੈਕਸਟ ਵੀਕ ਰਿਮੈਂਬਰ ਯੂਅਰ ਕਮੈਂਟਸ ਆਰ ਵੈਰੀ ਵੈਰੀ ਇੰਪੋਰਟੈਂਟ ਫੋਰ ਅਸ ਐਂਡ ਹਰਜੀਤ ਸਿੰਘ ਗਿੱਲ ਇਜ਼ ਆਲਵੇਜ਼ ਦੇਅਰ ਟੂ ਰੀਡ ਦੈਮ and see to it that how we can improve our program so meherbani toda program dekhan da till next week number 1 multicultural channel this is tag tv